ਸੁਣ ਬਾਬਾ ਜੀ ਦੀ ਇੱਧਰ ਆ, ਮੈਂ ਤੈਨੂੰ ਗਾਣਾ ਸੁਣਾ ਮਿੱਠੇ ਖਾਂ। ਉਹ ਰਹਿਣ ਦੇ, ਕਿਤੇ ਕੰਮ ਚੱਲ ਲਾਉਂਦੇ ਕਿ ਯਾਰ, ਕਿਤੇ ਕੰਮ ਚੱਲਣ ਦੇ। ਤੇਰਾ ਕੰਮ ਠੁੱਸ ਹੋਇਆ ਬੇਟੇ। ਨਵੀਆਂ ਆਟਮਾਂ ਲੈ ਕੇ ਆਉਂਦੇ ਆ, ਦੇਖੀ ਤੂੰ ਭਰ ਲੈਣੀ ਆ। XMD ਵੀ ਆਉਣ ਡਿਆ, ਸਵਿਚਰ ਵੀ ਆਉਣ ਡਿਆ ਵਾ। ਓਏ ਹਾਂ, ਕੀ ਮਨਾਰ ਜਿਆ ਚੱਕ ਲਿਆ ਤੂੰ? ਉਹ ਚਟੈਂਡ ਹੈਗਾ ਹੀ ਆ, ਵੇਖੀ ਤੂੰ। ਹੈ ਇਹ ਕੀ ਆ? ਇਹ ਵੇਖ। ਓ ਅੱਛਾ, ਬਾਹ ਨੂੰ ਫਾਲਾ ਹੀ ਪੈ ਗਿਆ ਜਿਹੜਾ ਹਾਲ ਹੈ। ਓ ਚਾਚੇ ਖਾਂ, ਦੇਖੀ ਤੂੰ ਬਣਦਾ ਕੀ, ਇੱਥੇ ਤਰੱਕੀਆਂ ਹੋ ਜਾਣੀਆਂ ਵਾ। ਮੇਰੀ ਗੱਲ ਸੁਣ ਚਾਚੇ ਖਾਂ, ਸ਼ਾਦੀ ਕਰਾਈ ਜਦੋਂ ਤੇ ਤੁਹਾਡੇ ਕੈਮਰੇ ਲੱਗੇ ਹਨਾ? ਇਹੋ ਜੇ ਸਹੀ 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 ਬਹੁਤ ਅੱਛੇ। ਭਾਈ ਗੱਲਾਂ ਕਰਦੇ ਮਿੱਠੇ ਕਾ, ਹੁਣ ਜਦੋਂ ਬੱਚੇ ਜੀ ਹੋਏ ਤਾਂ ਤੈਨੂੰ ਗੱਲਾਂ ਕਰ। ਨਾਲੇ ਆ ਕੈਮਰੇ ਬੰਦ ਹੋ ਗਏ ਆ, ਤੂੰ ਵੀ ਬੰਦ ਹੋ ਜਾ ਕਿਤੇ। ਯਕੀਨ ਮਨ ਸਹੀ ਗੱਲ ਹੈ ਮਿੱਠੇ ਕਾ, ਕੈਮਰਾ ਬਾਜੀ ਛੱਡ। ਮੈਂ ਤੈਨੂੰ ਸਹੀ ਦੱਸਾਂ, ਪੰਘੂੜੇ ਲਾ ਲਾ, ਬੱਚੇ ਤੇਰੇ ਕੋਲ ਲੈ ਕੇ ਉਹ ਪੰਘੂੜੇ ਛਾਵਾਂ ਛੂਵਾਂ ਖਾਣ ਗਏ ਹਨਾ? ਜਦੋਂ ਤੇਰੀ ਸ਼ਾਦੀ ਹੋਈ ਸੀ, ਬਰਾਤ ਗਈ ਸੀ? ਲੈ ਚਲੋ ਦਫਾ ਮਾਰੋ, ਉਹਨੇ ਗੱਲ ਹੀ ਹਾਸੇ ਚ ਪਾ ਦਿੱਤੀ। ਹੁੰਦਾ ਵਾ ਇਹ ਕੋਈ ਖੁਸ਼ੀ ਦੀ ਘੜੀ ਹੁੰਦੀ ਆ, ਦੱਸਣਾ ਹੁੰਦਾ ਵੀ ਕਿੱਦਾਂ। ਅੱਛਾ, ਯਾਨੀ ਬਰਾਤ ਗਈ ਸੀ? ਲੈ ਪੂਰੇ ਚਾਰ ਲਾਡ ਹੋਏ, ਪੰਜ ਤੇ ਬੱਗੀਆਂ ਸੀ। ਪੰਜ ਬੱਗੀਆਂ, ਬਾਕੀ ਹੋਰ ਰੰਗਾਂ ਦੀਆਂ। ਅੱਛਾ, ਔਰ ਬੱਗੀਆਂ ਵੀ ਬੋਲਟ ਪ੍ਰੂਫ। ਪਰ ਦੁਸ਼ਮਣਦਾਰੀ ਬਹੁਤ ਸੀ ਨਾ, ਕਿਤੇ ਫੈਰ ਨਾ ਲੱਗ ਜਾਵੇ। ਇਹਨੇ ਪੰਘੂੜਾ ਲਿਆ ਤੇ ਉੱਤੇ ਜਾ ਕੇ ਬੰਦ ਹੋ ਗਿਆ, ਉਹ ਤੇ ਚੀਲਾ ਨਾਲ ਦੋਸਤੀ ਕਰਨ ਡਿਆ। ਹੋਰ ਜੀ ਕੀ ਹਾਲ ਚਾਲ ਹੈ? ਇਹ ਵੀ ਪੰਘੂੜੇ ਤੇ ਬੈਠਾ ਕਿਤੇ ਉੱਤੇ ਬੰਦ ਹੋ ਗਿਆ, ਇਹ ਉੱਤੋਂ ਖੋਲਦਾ ਹੋਇਆ ਸਾਰਾ ਪੰਘੂੜਾ ਖੋਲਤਾ। ਖੋਲ ਖੋਲ ਕੇ ਥੱਲੇ ਛੱਡੀ ਯਾਰ। ਦਿਮਾਗ ਚ ਵੱਜਦੀਆਂ ਹੁੰਦੀਆਂ ਜਿਹੜੀਆਂ ਥੋੜੀਆਂ, ਉਹ ਵੱਜਣ ਦਈਆਂ ਦਿਮਾਗ ਚ ਕੰਮ ਹੋਣ ਡਿਆ। ਵੈਸੇ ਗੱਲ ਉੱਚੀ ਨੀ ਬੋਲਣਾ, ਜਦੋਂ ਉੱਚੀ ਬੋਲਦਾ ਨਾ ਮੇਰੇ ਦਿਮਾਗ ਚ ਥੋੜੀਆਂ ਵੱਜਦੀਆਂ। ਯਾਰ ਹੁਣ ਅਸੀਂ ਬੋਲਣਾ ਛੱਡ ਦਈਏ ਜਾਨੀ ਖਾਂ, ਏਦਾਂ ਤੇ ਕੰਮ ਨਹੀਂ ਛੱਡਣਾ ਹੈਗਾ। ਪਤਾ ਕੀ, 400 ਬੰਦਾ ਤੁਹਾਨੂੰ ਵੇਖਦਾ ਪਿਆ। ਹਾਂਜੀ, ਬੋਲਣਾ ਤਾਂ ਪੈਣਾ ਹੀ ਆ। ਫਿਰ ਬੋਲੀਏ ਨਾ ਤੇ ਫਿਰ ਏਦਾਂ ਵੀ ਕਿੱਦਾਂ ਬੱਚੇ ਪਾਲਾਂਗੇ? ਦੇਖੋ ਜੀ, ਨਾਲੇ ਉਹਨੂੰ ਆਦਤ ਪਈ ਆ ਵਾਲਦੈਨ ਦੇ ਅੱਗੇ ਬੋਲ ਬੋਲ ਕੇ। ਹੁਣ ਇੱਥੇ ਯਾਰਾਂ ਮੇਰੇ ਵਾਲਾ ਕਰ ਯਾਰ। ਭਾਜੀ ਸਿਰਫ ਫਰੇਮ ਸੈੱਟ ਕਰਾ ਦਿਓ, ਬਾਕੀ ਸੱਤੇ ਖੈਰਾ। ਫਿਰ ਯਾਰ ਤੂੰ ਹੋਰ ਸੈੱਟ ਮੈਂ ਨਾ ਕਰਾ ਦੇ ਕੁਛ, ਤੂੰ ਫਰੇਮ ਰਹਿਣ ਦੇ, ਤੇਰੀ ਮਿਹਰਬਾਨੀ। ਯਾਰ ਉਹਦੇ ਕੈਮਰੇ ਦੀ ਸਾਈਡ ਵੇਖੋ, ਟਰਮੀਨੇਟਰ ਕੈਮਰਾ ਲੱਗਣ ਡਿਆ ਕਸਮੇ। ਤਾਜੀ ਇਹ ਮਿੱਠੇ ਵਾਲ ਦੇਖੋ। ਮੈਂ ਕਾਹਤੋਂ ਦੇਖਾਂ, ਮੈਂ ਕਾਹਤੋਂ ਦੇਖਾਂ ਵੀ ਮਿੱਠੇ ਵਾਲ ਇੱਧਰ ਮਿੱਠੇ ਵਾਲ ਦੇਖਣਾ ਮੈਂ। ਤਾਜੀ ਪਿੱਚ ਤੇ ਲਾਸ਼ ਨਵਾਈ ਹੁੰਦੀ ਆਪਾਂ, ਏਦਾਂ ਦੀ ਮਾੜੀ ਮਾੜੀ ਆਵਾਜ਼ ਆਉਂਦੀ ਰਵੇ ਠੀਕ ਆ, ਲੇਕਿਨ ਇਕੱਠੇ ਨੀ ਬੋਲਣਾ। ਇਹ ਮਿੱਠਾ ਵੇਖ ਲਓ, ਸਦਰ ਨੇ ਲਾਸ਼ ਟਕ ਪਾਈ ਹੁੰਦੀ। ਚਾਚਾ ਤਾਜ ਦੇਖ ਲੋ, ਚੁੱਪ ਕਰ ਜਾ, ਚਿੜੀਆ ਘਰ ਚ ਜੰਜ ਬਿਠਾਈ ਹੁੰਦੀ, ਚੁੱਪ ਕਰ ਜਾ। ਜਾਲੀ ਸਾਹਿਬ
ਆਵਾਜ਼ ਦੇਖ ਲਓ, ਬਸ ਦੇਖ ਲਓ, ਕੋਈ ਮਸਲਾ ਨਹੀਂ। ਮਿੱਠਾ ਵੇਖ ਲਓ, ਉੱਚੀ ਸੁਣਨ ਵਾਲੀ ਐਨਕ ਹੁੰਦੀ ਹੈ। ਜਾਨੀ ਖਾਨ ਜੀ, ਇਹ ਸ਼ਾਦੀ ਵਿਆਹ ਦੇ ਕਰਦਾ ਕੰਮ, ਇਹਨੂੰ ਪਤਾ ਇਹਦੀ ਬਰਾਤ ਕਿੱਡੀ ਥੋੜੀ ਗਈ ਸੀ, ਇੰਨੀ ਥੋੜੀ ਬਰਾਤ ਗਈ ਸੀ। ਇਹਨੇ ਇੱਕ ਯਾਰ ਨੂੰ ਫੋਨ ਕੀਤਾ, ਯਾਰ ਮੈਂ ਬਰਾਤ ਲੈ ਕੇ ਜਾਣਾ, ਅਜੇ ਦੋਵੇਂ ਚੱਲੀਏ। ਇੱਦਾਂ ਹੀ ਬਰਾਤ ਗਈ ਸੀ, ਆਜਾ ਦੋਵੇਂ ਚੱਲੀਏ, ਆਜਾ ਦੋਵੇਂ ਚੱਲੀਏ ਕਹਿੰਦਾ। ਭਾਜੀ ਇਹ ਗਲਤ ਗੱਲ ਕਰ ਰਿਹਾ, ਹਕੀਮ ਇਹਦੀ ਤਾਂ ਬੜੀ ਵੱਡੀ ਜੰਜ ਗਈ ਆ, ਲੋਕੀ ਵੇਖ ਵੇਖ ਕੇ ਕਹਿਣ ਉਹ ਲਾੜੇ ਦਾ ਲਸ਼ਕਰ ਆ ਗਿਆ, ਇੰਨੀ ਵੱਡੀ ਜੰਜ ਲੈ ਗਿਆ ਇਹ ਨਾ। ਅੱਛਾ, ਇਹਦੀ ਜਿੱਥੇ ਜੰਜ ਗਈ ਨਾ, ਉਹਨਾਂ ਦੀ ਇੱਕੋ ਹੀ ਕੁੜੀ ਸੀ। ਇਹਦੀ ਜੰਜ ਦਾ ਪਤਾ ਲੱਗਾ ਗਲੀ ਚ, ਇੱਕ ਬੰਦਾ ਕੁੜੀ ਵਾਲੇ ਦੇ ਘਰ ਜਾ ਕਹਿੰਦਾ, ਫੇਰ ਜੰਜ ਆ ਗਈ ਆ। ਤੇ ਗੁਆਂਢੀ ਕਹਿੰਦੇ ਸੀ, ਉਹ ਭਾਈ ਇਹਨਾਂ ਨੂੰ ਤੇ ਆਦਤ ਆ ਜੰਜਾਂ ਬੁਲਾਉਣ ਦੀ, ਇਹ ਮੇਰੀ ਜੰਜ 2 ਦਿਨ ਦੀ ਸੀ ਜੀ, ਫੇਰ ਆ ਗਈ। ਉਹ ਮੱਲੇਦਾਰ ਕਹਿੰਦੇ ਸੀ, ਆ ਜੰਜਾਂ ਵਾਲੇ ਮੱਲੇ ਆ ਜਾਓ। ਜਾਨੀ ਸਾਹਿਬ, ਚਾਚਾ ਤਾਜ ਇੰਨੀ ਥੋੜੀ ਜੰਜ ਲੈ ਕੇ ਗਿਆ, ਬਾਜੀ ਵਾਲਿਆਂ ਨੂੰ ਕਹਿਣ ਦੇ ਸ਼ਨਾਥੀ ਕਰ ਦਿਓ, ਗਵਾਹੀ ਪਾਉਣੀ ਹੈ। ਇਹ ਜੰਜ ਪਤਾ ਕਿੱਦਾਂ ਗਈ ਆ, ਉਹਨਾਂ ਨੇ ਫੋਨ ਕਰਕੇ ਇੰਨਾ ਕਿਹਾ, ਤੁਸੀਂ ਅਨਾਸੀ ਪੁਣੀ ਤੇ ਆ ਜਾਓ, ਅਸੀਂ ਵੀ ਆ ਜਾਂਦੇ ਇੱਥੇ, ਨਿਕਾਹ ਕਰ ਲੈਂਦੇ, ਪੁਣੀ ਤੇ ਬਹਿ ਕੇ ਵਿਆਹ ਕਰ। ਅੱਛਾ ਅੱਛਾ, ਉਹਨਾਂ ਨੇ ਕਿਹਾ, ਯਾਰ ਥੋੜਾ ਕਿ ਤੁਸੀਂ ਆ ਜਾਓ, ਥੋੜੇ ਕਸੀ ਆ ਜਾਓ, ਥੋੜੇ ਕਸੀ ਆ ਜਾਂਦੇ। ਅੱਛਾ ਅੱਛਾ, ਤਾਜ ਇੰਨੀ ਥੋੜੀ ਜੰਜ ਲੈ ਗਿਆ, ਉਹ ਬਾਜੀ ਵਾਲੇ ਚ ਮਿਕਸ ਹੋ ਗਿਆ। ਆ ਚਾਚਾ ਤਾਜ ਇੰਨੀ ਥੋੜੀ ਜੰਜ ਲੈ ਗਿਆ, ਉਹਦੇ ਘਰ ਪਹੁੰਚ ਕੇ ਆਪਣੇ ਸਹੁਰੇ ਦੇ ਅੱਬੇ ਨਾਲ ਗੱਲ ਕਰਨ ਲੱਗਦਾ, ਤੁਸੀਂ ਕਸਮ ਖਾਓ ਮੈਂ ਤੁਹਾਨੂੰ ਦੱਸ ਕੇ ਨਹੀਂ ਆਇਆ। ਏਡੀ ਥੋੜੀ ਜੰਜ ਲੈ ਕੇ ਗਿਆ, ਉਹਨਾਂ ਵੇਖੀ ਜੰਜ ਥੋੜੀ, ਕੁੜੀ ਵਾਲੇ ਕਹਿੰਦੇ ਆ ਜਾਓ ਆਈਸਕ੍ਰੀਮ ਵਾਲੀ ਦੁਕਾਨ ਤੇ ਬਹਿ ਕੇ ਪੜ ਲੈਂਦੇ ਨਿਕਾਹ। ਜਿਹੜਾ ਧੋਬੀ ਹੈ ਉਹ ਇੰਨੀ ਬਹੁਤੀ ਬਰਾਤ ਲੈ ਗਿਆ, ਉਹਨਾਂ ਨੇ 2 ਵਾਰਡਿੰਗ ਵਾਲੇ ਵੀ ਨਾਲ ਦਿੱਤੇ। ਵਾਰਡਿੰਗ ਵਾਲੇ, ਇੰਨੀ ਥੋੜੀ ਜੰਜ ਲੈ ਗਿਆ, ਪੂਰੀ ਜੰਜ ਅੱਗੇ ਖਿਲਾਰ ਕੇ ਨਾ, ਤੇ ਕੁੜੀ ਦਾ ਪਿਓ ਕਹਿੰਦਾ, ਉਹ ਤੋਂ ਹੋਰ ਕੋਈ ਨੀ ਆਇਆ। ਚਾਚਾ ਤਾਜ ਇਹਦੀ ਥੋੜੀ ਬਰਾਤ ਲੈ ਗਿਆ, ਇਹ ਤਾਂ ਸਹੁਰੇ ਨੇ ਮੁੰਡਾ ਭੇਜਦਾ, ਜਾ ਬਰਾਤ ਲਈ ਨਾਨ ਟਿੱਕੀ ਲੈ ਕੇ ਆ। ਯਾਰ ਇਹ 3 ਬੰਦਿਆਂ ਦੀ ਬਰਾਤ ਲੈ ਕੇ ਗਿਆ, ਸਿਰਫ 3 ਬੰਦੇ ਤੇ ਰੋਟੀ ਖੋਲਤੀ ਉਹਨਾਂ ਨੇ। ਅੱਛਾ, ਬਰਾਤ ਤੇ 15 ਮਿੰਟ ਬਾਅਦ ਹੀ ਇਹਦਾ ਸਾਰਾ ਨਸਾ ਨਸਾ ਸਹੁਰੇ ਕੋ ਗਿਆ, ਕਹਿੰਦਾ ਆਬੂ ਜੀ ਮੈਨੂੰ ਲੱਗਦਾ ਰੋਟੀ ਥੋੜ ਜਾਣੀ। 3 ਬੰਦੇ ਸੀ, ਏਡੀ ਥੋੜੀ ਤੇ ਏਡੀ ਚੁੱਪ ਕਰਕੇ ਬਰਾਤ ਲੈ ਗਿਆ, ਕਿਸੇ ਨੂੰ ਨੀ ਪਤਾ ਲੱਗਾ, ਸਿਰਫ ਕੁੜੀ ਦੇ ਪਿਓ ਨੂੰ ਇੱਕ ਮੈਸੇਜ ਆਇਆ, ਹਮ ਆ ਗਏ ਹੈ। ਬਸ ਉਹਨੇ ਕੋ ਕੀਤਾ, ਓਕੇ ਮੈਂ ਆ ਰਹਾ। ਨਾਲੇ ਕੰਮ ਤੇ ਨਿਕਲ ਜੋ। ਇਹ ਚਾਚਾ ਤੇ ਏਡੀ ਵੱਡੀ ਬਰਾਤ ਲੈ ਕੇ, ਲਾੜੇ ਵੀ 15-16 ਸਨ। ਉਹ ਭਾਈ ਬਰਾਤ ਲੈ ਕੇ ਨੀ ਗਿਆ, ਇਹਦੇ ਸਹੁਰੇ ਨੇ ਕੀਤਾ ਫੋਨ, ਤੂੰ ਆ ਜਾ, ਕਹਿੰਦਾ ਭਾਈ ਛੁੱਟੀ ਨੀ ਮਿਲੀ। ਚਾਚਾ ਤਾਜ ਏਡੀ ਜ਼ਿਆਦਾ ਬਰਾਤ ਲੈ ਗਿਆ ਤੇ ਕੁੜੀ ਵਾਲੇ ਫੋਨ ਕਰਿਆ, ਰਾਜ ਜ਼ਿਆਦਾ ਵਾ, ਮੈਂ ਕਹਿੰਦਾ ਤੁਸੀਂ ਇਹਨੂੰ ਆ ਜਾਓ। ਇਹ ਮਿੱਠਾ ਏਡੀ ਥੋੜੀ ਬਰਾਤ ਲੈ ਕੇ ਗਿਆ, ਕੁੜੀ ਵਾਲੇ ਦੇ ਘਰ ਫੋਨ ਕਰਨ ਡਿਆ, ਯਾਰ ਅਸੀਂ ਕੱਲ ਨਾ ਆ ਜਾਈਏ, ਉਹ ਕਹਿੰਦਾ ਜਦੋਂ ਮਰਜ਼ੀ ਆ ਜਾਓ। ਇੰਨੀ ਥੋੜੀ ਬਰਾਤ ਲੈ ਕੇ ਗਿਆ, ਦੁਲਹਨ ਗਾਣੇ ਗਾ ਰਹੀ, ਤਨਹਾਈ ਤਨਹਾਈ ਤਨਹਾਈ। ਇਜਤਮਾਈ ਸ਼ਾਦੀਆਂ ਦੇ ਵਿੱਚ ਨਾ ਇਹਦੀ ਸ਼ਾਦੀ ਸੀ।
ਤੇ ਆਪਣੇ ਵਾਲੀ ਛੱਡ ਕੇ ਨਾ ਬਾਕੀ ਵੀ ਚੱਕਰ ਲਾ ਰਿਹਾ ਕਿ ਸ਼ਾਇਦ ਕੋਈ ਹੋਰ ਅੱਛਾ ਨਿਜ਼ਾਮ ਮੈਨੂੰ ਲੱਗ। ਉਹਨਾਂ ਨੇ ਡੰਡੇ ਮਾਰ ਕੇ ਕੱਢਿਆ ਉੱਥੋਂ। ਜਦੋਂ ਸਾਰਾ ਚੱਕਰ ਲਾ ਕੇ ਵਾਪਸ ਆਇਆ ਆਪਣੇ ਵਾਲੀ ਵੀ ਕੋਈ ਲੈ ਗਿਆ ਸੀ। ਇੰਨੀ ਥੋੜੀ ਬਰਾਤ ਲੈ ਗਿਆ ਉਹ ਕੁੜੀਆਂ ਨਾਲ ਕਹਿੰਦਾ ਅਸੀਂ ਗਲੀ ਚੋਂ ਲੰਘਾਂਗੇ ਤੇ ਸਿਟੀ ਮਾਰਾਂਗੇ ਸਮਝੋ ਬਰਾਤ ਆ। ਯਾਰ ਇੱਕੋ ਬੰਦੇ ਦੀ ਬਰਾਤ ਸੀ, ਉਹਨੇ ਹੀ ਮੋਢੇ ਤੇ ਟੇਪ ਰੱਖੀ ਸੀ ਬਾਜਿਆਂ ਦੀ ਕੇਸਰ ਲਾ ਕੇ ਤੇ ਕੱਲਾ ਹੀ ਤੁਰਿਆ ਜਾ ਰਿਹਾ। ਯਾਰ ਇਹਦੀ ਥੋੜੀ ਜੰਜ ਲੈ ਕੇ ਗਏ ਉਹ ਕੁੜੀ ਦਾ ਆਪਦਾ ਕਹਿੰਦਾ ਉਹ ਕੱਟਾ ਯਾਰ ਉਹ ਬੇਤਾਲੀ ਜਮੈਟਰੀ ਕਿੱਥੇ ਆ ਯਾਰ ਸੰਦੂਕ ਹੈ ਹੀ ਨਹੀਂ। ਉਹਨਾਂ ਰੋਟੀ ਪਤਾ ਕਿੱਦਾਂ ਪਕਾਈ, ਕੁੜੀ ਨੇ ਆਪੇ ਰੋਟੀ ਪਕਾ ਕੇ ਕੱਪੜੇ ਪਾ ਲਏ। ਬੜੀ ਗੱਲ ਆ ਚਾਚੇ ਖਾਂ, ਮੇਰਾ ਤਾਂ ਜਦੋਂ ਵਿਆਹ ਹੋਇਆ ਸੀ ਨਾ ਜਾਨੀ ਖਾਂ ਜੀ, ਉਹ ਤਾਂ ਰੋਲਾ ਹੀ ਸੀਗਾ, ਹੁਣ ਤੂੰ ਜ਼ਰੂਰ ਕਲੀਅਰ ਕਰਨ ਲੱਗਾ ਇੱਥੇ ਛੱਡ ਪਰ। ਬਕਵਾਸ ਘੱਟ ਕਰਿਆ ਕਰ ਚਾਚੇ ਖਾਂ, ਮੈਂ ਤੇਰੀ ਚਾਚੀ ਤੇ ਫਿਰ ਗੱਲ ਕੀਤੀ ਨਾ ਤੇ ਫਿਰ ਤੂੰ ਭੁੜ ਕੇ ਉਹ ਜਾਣਾ। ਤੂੰ ਚਾਚੀ ਤੇ ਗੱਲ ਕਰ ਲੈਣਾ ਫਿਰ ਨੱਚ ਜਾਣਾ। ਬਹੁਤ ਫੈਰੰਗ ਹੋਈ ਚਾਚੇ ਖਾਂ, ਯਾਰਾਂ ਸੋਚਣਾ ਤੇ ਨੇਰ ਪਾਛੜੇ ਫੈਰੰਗ ਹੋਈ ਨਾ ਜਾਨੀ ਖਾਂ ਜੀ। ਰੋਟੀ ਮੇਰੇ ਖਿਆਲ ਕੋਈ ਨਾਸੀ ਡਿਸ਼ਾਂ ਸੀ ਜਾਂ ਸੀ, ਮੈਨੂੰ ਕੋਈ ਯਾਦ ਨੀ ਪੱਕਾ, ਪਰ ਡਿਸ਼ਾਂ ਹੀ ਡਿਸ਼ਾਂ ਸੀ, ਡੋਲੂ ਭਰਿਆ ਸੀ ਨਾ ਮਿਕਸ ਸਾਲਣਾ ਦਾ। ਓ ਚਾਚੇ ਡੋਲੂ ਇੱਧਰ, ਮੈਂ ਜਿਹੜੀ ਗੱਲ ਕਰਨ ਡਿਆ ਉਹ ਜੈਨੂਇਨ ਗੱਲ ਆ। ਤੇਰੇ ਵਿਆਹ ਤੇ ਦਾਲ ਚੌਲ ਸੀ, ਕੋਈ ਜਾਂਜੀ ਚੌਲਾਂ ਤੇ ਦਾਲ ਪਾਈ ਜਾ ਰਿਹਾ ਸੀ, ਕੋਈ ਜਾਂਜੀ ਦਾਲ ਤੇ ਚੌਲ ਪਾਈ ਜਾ ਰਿਹਾ ਸੀ, ਬਸ ਤੇਰੇ ਰੋਟੀ 'ਚ ਇੰਨੀ ਕੁ ਚੇਂਜਿੰਗ ਸੀ ਬਸ। ਜਾਨੀ ਖਾਂ ਜੀ, ਕਿਸੇ ਦੇ ਕਿਸੇ ਦੀ ਪਲੇਟ ਉੱਤੇ ਦਾਲ ਸੀ, ਕਿਸੇ ਦੀ ਥੱਲੇ ਦਾਲ ਸੀ, ਕਿਸੇ ਦੇ ਚੌਲ ਉੱਤੇ ਸੀ, ਕਿਸੇ ਦੇ ਚੌਲ ਥੱਲੇ ਸੀ। ਲੋ ਜੀ ਇਹ ਚੌਲ ਉੱਤੇ ਥੱਲੇ ਕਰੀ ਜਾਣ ਡਿਆ, ਮੈਂ ਸੱਚੀ ਇਹੀ ਕੁਛ ਸੀ। ਉਹ ਭਾਈ ਜਾਣਦੇ ਅੱਲਾ ਮਾਫੀ ਦੇ, ਸਹੀ ਕਹਿ ਰਹੇ ਤੇ ਜਾਨੀ ਸਾਹਿਬ, ਏਡੀ ਪਤਲੀ ਦਾਲ ਉਹ ਚਾਲ ਹੈ, ਹਮਾਮਾ ਚ ਵੀ ਦਾਲ ਭਰ ਕੇ ਦੇਖੀ ਲੋਕੀ, ਅੱਜ ਕੱਪ ਭਰ ਕੇ ਯਾਰ ਗ੍ਰੀਨ ਦਾਲ ਪੀਓ ਨਾ ਗ੍ਰੀਨ ਦਾਲ। ਯਾਰ ਕਿਹੋ ਜੀ ਗੱਲ ਕਰਦਾ, ਦਾਲ ਲੋਕੀ ਦਾਲ ਦੀ ਪਲੇਟ ਭਰ ਰਹੇ, ਨਾਲ ਇਹਨੂੰ ਕਹਿ ਰਹੇ ਹੋ ਸਟਰਾ ਵੀ ਦੇ ਦੇ। ਮੈਂ ਕਹਿੰਦਾ ਵਾ ਕੋਈ 16 17 ਦਿਨ ਤਾਂ ਮਹਿੰਦੀ ਹੁੰਦੀ ਰਹੀ ਚਾਚੇ ਖਾਂ, 16-17 ਦਿਨ ਮਹਿੰਦੀ, 16-17 ਦਿਨ ਤੇਲ ਹੁੰਦਾ ਰਿਹਾ। 400-500 ਰੁਪਏ ਦੇ ਚੌਲ ਇਹਨਾਂ ਨੇ ਪਕਾਏ ਸਿਰਫ ਪੂਰੀ ਜੰਜ ਵਾਸਤੇ। ਜਾਂਜੀ ਇੰਜ ਕਰਕੇ ਚੌਲ ਭਰਦੇ ਸੀ ਮੂੰਹ ਚ ਪਾ ਕੇ, ਇਧਰੋਂ ਦੀ ਇੰਜ ਕੱਢ ਕੇ ਖਾਲੀ ਮੂੰਹ ਐਂ ਕਰਕੇ ਉਹ ਫਿਰ ਇੱਥੇ ਰੱਖ ਕੇ ਦੂਜੀ ਵਾਰੀ ਫਿਰ ਪਾ ਵੀ ਮੋਕਣਾ ਜਾਣ। ਯਾਰ ਇਹ ਤੇ ਗੱਲਾਂ ਬਣੀਆਂ ਜਦੋਂ ਮੈਂ ਬੱਗੀ ਤੇ ਬੈਠਾ ਵਾ, ਤੁਹਾਨੂੰ ਪਤਾ ਰੁਪਈਏ ਇੰਨੇ ਸੁੱਟ ਦਿੱਤੇ, ਇੰਨਾ ਪੈਸਾ ਭਰਾ ਦਿੱਤਾ ਵਾ ਵੀ ਉਦੋਂ ਜਿਹੜਾ 10 ਦਾ ਨੋਟ ਸੀ ਉਹ ਇਹ ਸਭ ਤੋਂ ਵੱਡਾ ਨੋਟ ਸੀ। ਰੁਪਈਏ ਰੁਪਈਏ ਵਾਲੀ ਤੇ ਬੰਦਾ ਜਿਹੜਾ ਉਹ ਤੇ ਸੁੱਟ ਦਿੰਦਾ, 10 ਵਾਲਾ ਨੋਟ ਸੁੱਟਣਾ ਬੜਾ ਜਿਗਰੇ ਵਾਲਾ। ਐਂ ਕਰਕੇ ਕਾਪੀਆਂ ਉੱਤੇ ਚੜ ਗਏ ਸੀ ਉਹ ਕੋਠਿਆਂ ਛੱਤਾਂ ਤੇ, ਮੇਰੇ ਚਾਚੇ ਤਾਏ ਸਾਰੇ ਉਹਨਾਂ ਐਂ ਕਰਕੇ ਕਾਪੀਆਂ ਖਿਲਾਰ ਛੱਡੀ, ਨਾਰ ਚੱਲੇ ਐ ਕਰਕੇ ਪਟਾਕੇ, ਸੇਬੇ ਵਾਲੇ ਬੰਬ ਚੱਲਦੇ ਸਨ, ਸੇਬੇ ਵਾਲੇ ਬੰਬ ਰੱਖ ਕੇ ਇੰਜ ਲੈਣ ਫਿਰ ਉਹਨਾਂ ਚਲਾ ਦਿੱਤੇ ਤੇ ਉਹ ਤਾਂ ਤੱਕ ਛੋਲੇ ਗਏ ਉਹਦੇ। ਇਹ ਤਾਂ ਤਾਇਆ ਬੜਾ ਬੇਵਕੂਫ ਜੀ, ਉਹਨੇ ਬਿੱਦ ਵਾਲੇ ਬੋਰੇ ਦੇ ਵਿੱਚ ਬੰਬ ਪਾ ਲਿਆ ਤੇ ਬਿੱਦ ਵੰਡਾ ਤੀ ਤੇ ਉੱਥੇ ਜਾ ਕੇ ਬੰਬ ਚਲਾਉਣ ਡਿਆ, ਠਾ ਠਾ ਸਾਰੇ ਮਰ ਗਏ। ਬਿੱਦ ਚਲਾ ਤੀ ਤੇ ਬੰਬ ਵੰਡ ਤੇ, ਕੈਸੀ ਅਜੀਬ ਗੱਲ ਕਰਦਾ ਹੁੰਦਾ ਬਰੀ ਦੇ ਵਿੱਚ ਨਾ ਜੀ। ਜਾਨੀ ਖਾਂ ਜੀ, ਮੇਰਾ ਖਿਆਲ ਆ
ਵੀ ਮੈਂ ਕੋ ਪੌਣੇ 400 ਸੂਟ ਜਿਹੜਾ ਤੁਹਾਡੀ ਜਿਹੜੀ ਹੈ ਨਾ ਚਾਚੀ ਨੂੰ ਜਿਹੜਾ ਉਹ ਲੈ ਕੇ ਦਿੱਤਾ ਸੀ। ਇਹ ਕਿੰਨਵੀਂ ਵਾਰੀ ਚ ਏਦਾਂ ਹੋਇਆ? ਇਹ ਜੀ ਇੱਕੋ ਵਾਰੀ ਚ ਏਦਾਂ ਹੋਇਆ ਚਾਨੀ ਖਾਂ, ਸਾਡੇ ਚੋਂ ਰਿਵਾਜ਼ ਨੀ, ਇੱਕੋ ਵਾਰੀ ਚ ਇੰਨੇ ਸੂਟ ਮੈਂ ਬਣਾ ਦਿੱਤੇ ਸੀ। ਇਹਦੇ ਤਾਏ ਨੇ ਇੰਨੇ ਪੈਸੇ ਸਿੱਟੇ, ਇਹਦੇ ਦਾਦੇ ਨੇ ਤਾਏ ਨੂੰ ਲੰਮੇ ਪਾਇਆ ਛਿੱਤਰ ਮਾਰ ਆਇਆ। ਕਿਉਂ? ਮੈਂ ਕਿਹਾ ਕੀ ਹੋਇਆ? ਕਹਿੰਦੇ ਅੱਜ ਫੇਰ ਪੈਸੇ ਸਿੱਟ ਆਇਆ। ਓ ਯਾਰ ਨਹੀਂ, ਵਿਆਹ ਕਿਸੇ ਦਾ, ਲਾੜੀ ਕਿਸੇ ਦੀ, ਦੁਲਹਾ ਕਿਸੇ ਦਾ, ਤੂੰ ਤੀਜੇ ਮਹੱਲੇ ਹੀ ਪੈਸੇ ਸਿੱਟ ਆਉਣਾ। ਇੰਨੇ ਰੁਪਈਏ ਸੁੱਟਦੇ ਹਕੀਮ ਨੇ, ਬਾਅਦ ਚ ਮੂੰਹ ਵਿਖਾਈ ਚ ਲਾਂਦਾ ਦਾ ਟੋਕਨ ਦੇਂਦੇ ਆ। ਭਾਜੀ ਇਹਨੇ ਇੰਨੇ ਪੈਸੇ ਸੁੱਟੇ, ਜਿਹਦੇ ਵੱਲ ਕਮੇਟੀ ਪਾਈ ਹੈ ਨਾ ਉਹਨੂੰ ਕਹਿਣ ਦਾ ਮੈਂ ਦੇਣੀ ਨੀ, ਲੁੱਟ ਲਈ। ਆਹੋ ਆ ਜਦੋਂ ਅੱਜ ਜੋ ਲੋਕੀ ਜਿੰਗਰ ਬਰਗਰ ਖਾਣ ਲੱਗ ਪਏ, ਪੀਜੇ ਖਾਣ ਲੱਗ ਪਏ, ਉਦੋਂ ਜਿੰਜਰ ਬਰਗਰ ਪੀਜੇ ਪੂਜੇ ਸਾਰੇ ਜੇ ਮੇਰੇ ਵਿਆਹ ਤੇ ਉਦੋਂ ਪੱਕ ਗਏ ਸਨ। ਉਹ ਘੁੰਨਾ ਪੱਕਿਆ, ਘੁੰਨੇ ਦੀ ਵੱਡੀ 90 ਕਿਲੋ ਦੀ ਦੇਗ ਪਕਾ ਛੱਡੀ ਸੀ। ਜਾਓ ਕਿੰਨੇ ਦੀ? 90 ਕਿਲੋ ਦੀ। ਹੋਰ ਕਿੰਨੇ ਦੀ? 90 ਕਿਲੋ ਦੀ ਦੇਗ ਪਕਾ ਛੱਡੀ ਸੀ। ਓਏ ਬਸ ਕਰਦੇ ਓਏ ਹਕੀਮ। ਜੀ ਮੇਰੀ ਜਿਹੜੀ ਸੱਸ ਸੀ, ਹਾਂ ਸਾਨੂੰ ਨਾ ਦੱਸੀ ਆ, ਮੇਰੇ ਵੀ ਹੋਈ ਸੀ। ਉਹ ਤੇਰਾ ਬਹੁਤ ਵਿਆਹ ਸੀ ਕਿ ਤੇਰਾ ਸਕਾ ਵਾਲਾ ਤੇਰੇ ਵਿਆਹ ਦੇ ਵਿੱਚ ਕੱਚੀ ਗਿਰੀ ਵੇਚਦਾ ਫੜਿਆ ਗਿਆ ਸੀ ਇਹਦੇ ਕਰਕੇ। ਲੋਕੀ ਦੰਦੀ ਵਾਲ ਕਹਿੰਦੇ ਹੋਇਆ ਕੱਚੀ ਹੈ, ਚੂਸਣ ਵਾਲੀ ਆ। ਉਦੋਂ ਨਵਾਂ ਨਵਾਂ ਗਾਣਾ ਚੱਲਿਆ, ਮੈਂ ਇਸ਼ਕ ਕਮਾਇਆ ਲੋਕੋ, ਮੈਨੂੰ ਮਿਲੀਆਂ ਸਜਾਵਾਂ ਪਿਆਰ ਦੀਆਂ, ਤੇ ਉਦੋਂ ਆਇਆ ਜਵੇਦ ਖੁਸਰਾ। ਚਲੇ ਗਏ ਮਗਰੋਂ, ਨਿਆਣੇ ਲੈ ਗਏ, ਕੋਈ ਮਹੱਲੇ ਵਾਲੇ ਲੈ ਗਏ, ਇੰਨਾ ਪੈਸਾ ਇੱਥੋਂ ਇੱਥੋਂ ਤੀਕਰ ਨੱਕੋ ਨੱਕ ਪੈਸਾ ਆ ਗਿਆ ਸੀ ਮਿੱਠੇ ਖਾਂ। ਵਾਕਈ ਭਾਈ ਵਾਕਈ ਸਾਹਿਬ ਨੇ ਇੰਨਾ ਰੁਪਈਆ ਸੁੱਟਤਾ, ਬਾਅਦ ਚੋਂ ਮੋਬਾਈਲ ਵੇਚ ਕੇ ਹਨੀਮੂਨ ਤੇ ਗਿਆ। ਬਾਅਦ ਨਾ ਕਰ 70 cc ਚੂਹੀਏ, ਮੈਂ ਤੈਨੂੰ ਕਿੰਨੀ ਵਾਰੀ ਮਨਾ ਕੀਤਾ। ਇਹਨੇ ਇੰਨਾ ਪੈਸਾ ਸੁੱਟਿਆ, ਇਹਦਾ ਸਹੁਰਾ ਕਹਿੰਦਾ ਬੜਾ ਪੈਸਾ ਸੁੱਟਣ ਦਾ, ਇਹ ਤਾਂ ਪੱਲਾ ਚੁੱਕ ਕਹਿੰਦਾ ਵੇਖੋ ਗੁਰਦਾ ਵੇਚਿਆ। ਮੇਰੀ ਸੱਸ ਨੇ ਕੀ ਗੱਲ ਹੋਈ? ਹਾਂ ਕਦ ਸੱਸ ਨੇ ਮੈਨੂੰ ਕਲਾਕੋਫ ਜਿਹੜੀ ਗਿਫਟ ਕੀਤੀ, ਮੇਰੇ ਵਿਆਹ ਤੇ ਕਲਾਸ਼ਨ ਕੋਫ ਮੈਨੂੰ ਗਿਫਟ ਕੀਤੀ ਹੁਸਨ ਦੀ। ਬਰਾਤ ਸਹੁਰਿਆਂ ਦੇ ਘਰ ਬੈਠੀ ਹੈ ਜਾ ਕੇ ਜੀ, ਤੇ ਕੁੜੀ ਦੇ ਪਿਓ ਨੇ ਫੋਨ ਕੀਤਾ ਕੁੜੀ ਨੂੰ, ਬੇਟਾ ਪਾਰਟੀ ਕਿਤਨੀ ਰਹਿ ਗਈ ਹੈ, ਜੰਜ ਆ ਗਈ ਹੈ। ਇਹਦੀ ਏਡੀ ਥੋੜੀ ਜੰਜ ਗਈ ਆ ਮਿੱਠੇ ਦੀ, ਮਹੱਲੇਦਾਰ ਕਹਿੰਦੇ ਸੀ ਯਾਰ ਇੱਥੇ ਛੂਹ ਕਰਕੇ ਜੰਜ ਗਈ ਆ। ਫਾਂਡਾ ਟ੍ਰੈਪ ਤੇ ਗਿਆ ਨਾ? ਹਾਂਜੀ ਹਾਂਜੀ, ਬਹੁਤ ਥੋੜੀ ਜੰਜ ਲੈ ਕੇ ਗਿਆ ਜੀ, ਥੋੜੀ ਲਾੜਾ ਵੀ ਅੱਧਾ ਗਿਆ। ਏਡੀ ਥੋੜੀ ਜੰਜ, ਯਾਨੀ ਉਹ ਘਟੀਆ ਜੇ ਲੋਕ ਲੈ ਗਿਆ, ਉਹ ਕਹਿੰਦੇ ਯਾਰ ਇਹ ਕੀ ਬੰਦੇ ਹੀ ਨੀ ਹੈਗੇ, ਥੋੜੀ ਜੀ ਜੰਜ ਗਿਣੀ। ਲਓ ਯਾਰ ਹੁਣ ਕਿਸੇ ਦਾ ਹੋਰ ਵਿਆਹ ਹੋਵੇ ਨਾ। ਅੱਛਾ ਅਸਲ ਮਜ਼ੇ ਦੀਆਂ ਗੱਲਾਂ ਮੇਰੇ ਵਿਆਹ ਦੀਆਂ ਸੀ, ਔਰ ਤੁਸੀਂ ਬਦਕਿਸਮਤ ਹੋ, ਤੁਸੀਂ ਉਹ ਪੁੱਛੀ ਕੋਈ ਨਹੀਂ ਮੇਰੇ ਕੋਲੋਂ। ਮੈਂ ਕਹਿੰਦਾ 10 ਮਿੰਟ ਦਾ ਤੁਸੀਂ ਚੱਲੇ ਕਿੱਥੇ ਹੁਣ, ਬਹਿ ਜਾਓ ਜਰਾ 10। ਨਹੀਂ ਯਾਰ ਹੁਣ ਮੈਂ ਕੋਈ ਜਾ ਕੇ ਨਾ ਕੋਈ ਦਵਾਈ ਦਾਰੂ ਦਾ, ਬਲਕਿ ਦਵਾਈ ਦਿਖਾਇਆ ਤਾਂ ਦਾਰੂ ਦਾ ਕੋਈ ਹਿਸਾਬ ਲਾਓ। ਫਿਰ ਮੈਨੂੰ ਵੀ ਬੁਲਾ ਲਿਓ। ਚਾਚੇ ਦਾ ਜਦੋਂ ਵਿਆਹ ਹੋਇਆ ਤਾਂ ਜੀ ਉਹ ਬੜੀ ਵਿਖਾਉਂਦੇ ਆ ਨਾ, ਇਹ ਵਿੱਚ ਆਪਣੇ ਟਾਂਕੇ ਵੀ ਵਿਖਾਈ ਜਾਵੇ।
ਚੰਗਾ ਸੂਟ ਦੇ ਕੇ ਗਿਆ, ਮਹੀਨਾ ਹੋ ਗਿਆ ਹਲੇ ਤੱਕ ਲੈਣ ਨੀ ਆਇਆ। ਦੱਸੋ ਸਿਆਪਾ ਪਾਇਆ ਮੇਰੀ ਜਾਨ ਨੂੰ। ਸਹੀ ਗੱਲ ਯਾਰ ਕੀਮ, ਵੈਸੇ ਅਗਰ ਤੇਰੇ ਵਿਆਹ ਤੇ ਵੀਡੀਓ ਤੇਰਾ ਭਰਾ ਬਣਾਉਂਦਾ ਨਾ, ਚਾਰ ਚੰਦ ਲਾ ਦੇਣੇ ਸੀਗੇ। ਇੱਕ ਫਰੇਮ ਬਣਾਉਣਾ ਸੀ, ਪੰਜ ਪੰਜ ਲਾੜੇ। ਓਏ ਉਹ ਗੈਰਤਾਂ ਦੇ ਲੋਕ ਸੀ, ਉਹ ਵੀਡੀਓ ਨਹੀਂ ਸੀ ਬਣਾਉਣ ਦਿੰਦੇ। ਛਿੱਤਰ ਖਾਂਦਾ ਤੂੰ ਉੱਥੇ ਜੇ ਆ ਜਾਂਦਾ ਕਿਉਂ ਚਾਚੇ ਖਾਂਦਾ ਸੀ? ਓਏ ਮੈਂ ਕੀ ਦੱਸਾਂ, ਮੈਂ ਤਾਂ ਤੁਹਾਨੂੰ ਦੱਸੂਗਾ ਆਪਣੇ ਵਿਆਹ ਦਾ। ਅੱਛਾ, ਇਹ ਹਾਲੇ ਤੱਕ ਉਹ ਹੀ ਚੱਲ ਰਿਹਾ ਵਿਆਹ ਦਾ ਹੀ ਕੰਮ? ਮੈਂ ਕਿਹਾ ਚਾਚੇ ਖਾਂ ਆਪਣੇ ਵਿਆਹ ਦਾ ਦੱਸਣ ਲੱਗਾ ਜੀ। ਪੁਰਾਣੀਆਂ ਯਾਦਾਂ ਤਾਜ਼ਾ ਯਾਰ, ਬਸ ਕਰਦੇ ਯਾਰ, ਖੁਦਾ ਦਾ ਨਾਂ ਯਾਰ, ਵਿਆਹ ਵੀ ਉਹ ਵਾਲੇ ਕੰਮ। ਬੜਾ ਰੂਪ ਚੜਿਆ ਸੀ ਮੈਨੂੰ, ਕਰਜ਼ਾ ਵੀ ਚੜਿਆ ਸੀ ਨਾ? ਕਰਜ਼ਾ ਤਾਂ ਚੜ ਗਿਆ ਇੱਕ ਵਾਰੀ, ਪਰ ਲਹਿਰਾਂ ਬਹਿਰਾਂ ਕਰਾਤੀਆਂ। ਇਹ ਚਾਚੇ ਖਾਂ ਖਲੋਤਾ ਵਿਆਹ ਵਾਲੇ ਦਿਨ ਤੇ ਕੋਈ ਸ਼ਾਇਦ ਚੜੀ ਤੇ ਕਹਿੰਦਾ ਯਾਰ ਕੋਈ ਸ਼ਾਇਦ ਚੜੀ, ਉਹ ਕਹਿੰਦੇ ਨੀ ਇਹ ਰੂਪ ਚੜਿਆ। ਨਾ ਨਾ ਨਾ, ਇੰਜ ਗੁਲਾਬੀ ਰੰਗ ਦੀਆਂ ਗੱਲਾਂ ਇੰਜ ਛਿਣਕਦੀਆਂ ਫਿਰਦੀਆਂ। ਹਾਂ, ਜਿਹੜੇ ਨਾਈ ਨੇ ਚਾਚੇ ਦਾ ਅਫੀਸ਼ਲ ਕੀਤਾ ਉਹਦੇ ਫਿੰਗਰ ਪ੍ਰਿੰਟ ਹੀ ਮਿਟ ਗਏ ਵਿਚਾਰੇ ਦੇ। ਚਾਚੇ ਦਾ ਜਦੋਂ ਵਿਆਹ ਹੋਇਆ ਤਾਂ ਜੀ ਉਹ ਬੜੀ ਵਿਖਾਉਂਦੇ ਆ ਨਾ, ਇਹ ਵਿੱਚ ਆਪਣੇ ਟਾਂਕੇ ਵੀ ਵਿਖਾਈ ਜਾਵੇ। ਓਏ ਕਮਲੇ, ਉਹਨਾਂ ਨੇ 20 ਘੋੜੀਆਂ ਲਿਆ ਕੇ ਅੱਗੇ ਰੱਖਤੀਆਂ ਮੇਰੇ। ਹਾਂ, ਫਟੇ ਵੀ? ਨਹੀਂ ਨਹੀਂ ਯਾਰ, ਜਾਨ ਫਟੇ। ਓਏ ਆ ਬੰਦੀ ਰੰਗੀਆਂ ਘੋੜੀਆਂ ਚਗਲੇ ਜਈਏ। ਉਹਨਾਂ ਨੇ ਕਿਹਾ ਬਈ ਤਾਜ ਜਿਹਦੇ ਤੇ ਤੂੰ ਉਂਗਲ ਰੱਖਣੀ ਉਹਦੇ ਤੇ ਸਵਾਰੀ ਕਰੇਗਾ। ਆ ਤੇ ਇੱਕ ਘੋੜੀ ਨਹੀਂ ਮੰਨੀ। ਸਹੀ ਗੱਲ ਆ, ਉਹ ਸਾਰੀਆਂ ਕਹਿੰਦੀਆਂ ਵੀ ਨਹੀਂ ਵੀ ਨਹੀਂ ਨਹੀਂ ਵੀ ਨਹੀਂ। ਉਹ ਪਾਜੀ 20 ਘੋੜੀਆਂ ਨਹੀਂ ਮੰਨੀਆਂ, ਇੱਕ ਬਜ਼ੁਰਗ ਨੇ ਦੇਖਿਆ ਘੋੜੀਆਂ ਖੁਰ ਜੋੜ ਕੇ ਖੜੀਆਂ ਸੀ ਅੱਜ। ਸਹੀ ਗੱਲ ਆ, ਅਸੀਂ ਕਹਿੰਦੇ ਟਲ ਗਏ, ਫਿਰ ਮੇਰੇ ਸਹੁਰਿਆਂ ਨੇ ਹੈਲੀਕਾਪਟਰ ਭੇਜਤਾ। ਅੱਛਾ, ਉਹਨੇ ਕਿਹਾ ਤਾਜ ਉੱਡ ਕੇ ਆ ਤੂੰ। ਹਾਂ ਰਾਜ, ਜਦੋਂ ਤੇਰਾ ਵਿਆਹ ਸੀ ਨਿਕਾਹ ਖਾਨੇ ਹੱਥ ਜੋੜਦੇ ਸੀ ਵੀ ਇਹ ਕੰਮ ਮੇਥੋਂ ਨਾ ਕਰਾਓ, ਇਹ ਕਿਸੇ ਹੋਰ ਬੰਦੇ ਕੋ ਕਰਾ ਲਓ, ਮੈਂ ਨੀ ਕਰਦਾ। ਮਤ ਹੱਤਾ ਅਰਬ ਮਹਾਰਾਜ ਚੋਂ ਨਿਕਾਹ ਖਾਂ ਆਇਆ ਸੀ ਕਿੱਥੋਂ? ਚਾਚੇ ਦਾ ਹੋਇਆ ਨਾ ਵਿਆਹ, ਉਹ ਨਿਕਾਹ ਥਾਂ ਜਿਹਦਾ ਬਣਾਉਂਦਾ, ਉਹਨੇ ਚਾਚੇ ਨੂੰ ਸਿਰਫ 3 ਦਫਾ ਪੁੱਛਿਆ, ਕੁੜੀ ਨੂੰ 40 ਦਫਾ ਉਹਨੇ ਪੁੱਛਿਆ। ਬਦਤਮੀਜ਼ ਆਦਮੀ, ਉਹਨੇ 3 ਵਾਰੀ ਪੁੱਛਿਆ ਕੁੜੀ ਨੂੰ, 3 ਵਾਰੀ ਦਬਾ ਫੇਕ ਹੀ ਜਵੇ ਨਹੀਂ, ਫੇਰ ਸੋਚ ਲਾ। ਓਕੇ ਲਿਖਦਾ ਉਹਨੇ ਕੋ ਕੀ ਕਿਹਾ ਚੰਦਰੀ ਨੇ, ਕਿਹਾ ਕਿ ਤੂੰ 1000 ਵਾਰੀ ਵੀ ਪੁੱਛਤਾ ਓਕੇ ਆ ਇਹ ਇਹਦੇ ਸਹੁਰੇ ਨੇ ਲੋਕਾਂ ਨੂੰ ਕਿਹਾ, ਭਾਈ ਜਦੋਂ ਮੇਰੇ ਹੱਥੋਂ ਵਸੋਂ ਨਿਕਲ ਗਈ ਫਿਰ ਮੈਂ ਹੁਣ ਇਹੀ ਕਰਨਾ ਸੀ। ਉਹ ਨਿਖਾ ਥਾਂ ਕੁੜੀ ਨੂੰ ਕਹਿੰਦਾ ਕਬੂਲ ਆ, ਕੁੜੀ ਕਹਿੰਦੀ ਜੀ ਮੈਂ ਅੰਦਰ ਦਵਾਈ ਲਾਈ ਆ, ਮੇਰੇ ਕੋ ਬੋਲ ਬੋਲ ਨਹੀਂ, ਮੈਂ ਫੂੰਦਾ ਰੱਖਿਆ ਦਾੜ ਚ। ਲੈ ਉਸ ਦੌਰ ਚ ਹਰ ਜਨਾਨੀ ਦੀ ਖਵਾਹਿਸ਼ ਸੀ ਵੀ ਤਾਜ ਮੇਰਾ ਬੰਦਾ ਬਣ ਜੇ। ਹਾਂ ਨਹੀਂ ਨਹੀਂ ਨਹੀਂ, ਉਹਨਾਂ ਦੀ ਸਿਰਫ ਇਹ ਖਵਾਹਿਸ਼ ਸੀ ਵੀ ਤਾਜ ਕਿਤੇ ਬੰਦਾ ਬਣ ਜੇ। ਯਾਰ ਇਹ ਮੇਰਾ ਤੂੰ ਕੋਲੋਂ ਪਾਇਆ। ਆ ਤਾਜ ਦੇ ਸਹੁਰੇ ਨੂੰ ਮੈਂ ਪੁੱਛਿਆ ਵੀ ਤੁਸੀਂ ਇਹਦੇ ਨਾਲ ਕੁੜੀ ਵਿਆਹਤੀ, ਉਹ ਕਹਿੰਦਾ ਭਾਈ ਖੂਜ ਵੀ ਤਾਂ ਸੁੱਟਣੀ ਸੀ। ਦੇਖੋ ਜੀ ਅਸੀਂ ਤਾਂ ਗੱਲ ਵੱਧ ਚੜ ਕੇ ਨਹੀਂ ਕਰਦੇ, ਬਰਹਾਲ ਇੱਕ ਵਾਰੀ ਦੁਨੀਆ ਤੇ ਧੂਮਾਂ ਪੈ ਗਈਆਂ ਸੀ, ਇੰਟਰਨੈਸ਼ਨਲ ਵਿਆਹ ਹੋਇਆ ਮੇਰਾ। ਭਾਈ ਜਾਨ ਤਾਜ ਦੀ ਜਿਹੜੀ ਤਾਜੀ ਸੀ ਨਾ ਚਾਚੀ ਸਾਡੀ, ਉਹ ਘਰੋਂ ਦੌੜ ਕੇ ਚਾਚੇ ਨਾਲ ਵਿਆਹ ਕੀਤਾ ਉਹਨੇ, ਤੇ ਇਹਦਾ ਸਹੁਰਾ ਇੰਨਾ ਖੁਸ਼ ਕਹਿੰਦਾ ਸ਼ੁਕਰ ਆ ਦੌੜ ਗਈ, ਨਹੀਂ ਤੇ ਵਿਆਹਣੀ ਪੈਣੀ ਸੀ। ਜ਼ਿਆਦਤੀ ਕਰ ਰਹੇ ਹੋ ਤੁਸੀਂ ਵੈਸੇ ਮੇਰੇ ਨਾਲ? ਮੈਂ ਨਹੀਂ ਕੀਤੀ ਤੁਹਾਡੇ ਨਾਲ ਜ਼ਿਆਦਤੀ। ਅੱਛਾ ਯਾਰ, ਮੇਰੇ ਕਿ ਗੈਸਟ ਆ ਰਹੇ ਨੇ, ਮਾਸ਼ਾਅੱਲਾ ਪੁੱਤਰੀ ਸਾਡੀ ਨਾ, ਹਾਂ ਇਹ ਮੈਂ ਉਹਨੂੰ ਇਹ ਪੁੱਛਣਾ ਵਾ ਬਈ
ਧੀਆਂ ਧਿਆਣੀਆਂ ਵਿਆਹ ਕਰਾ ਕੇ ਆਪਣੇ ਘਰ ਜਾਂਦੀਆਂ ਨੇ, ਘਰ ਵਸਾਉਂਦੀਆਂ ਨੇ, ਤੂੰ ਏਡੀ ਸੋਹਣੀ ਢੋਲਕ ਸਿੱਖ ਲਈ ਆ। ਹਾਂ ਲੇਕਿਨ ਇਹ ਵੀ ਜੇ ਕੌਣ ਢੋਲਕ ਸਿੱਖ ਲਈ? ਆ ਰਹੀ ਆ ਰਹੀ। ਅੱਛਾ ਜੀ, ਸਾਡੇ ਗੈਸਟ ਨੇ ਜੀ, ਮਾਸ਼ਾਅੱਲਾ, ਬੜੀ ਗੱਲ, ਬੜੀ ਗੱਲ ਹੈ ਜੀ। ਚਾਚੇ ਨੂੰ ਵਿਆਹ ਤੇ ਇੰਨੀਆਂ ਸਲਾਮੀਆਂ ਹੋ ਗਈਆਂ, ਇਹਨੇ ਉਹਨਾਂ ਚੋਂ ਹੀ ਦੂਜਾ ਵਿਆਹ ਕਰ ਲਿਆ। ਇੰਨਾ ਵੱਡਾ ਇਕੱਠ ਤੇ ਇੰਨਾ ਸੋਹਣਾ ਪ੍ਰੋਗਰਾਮ ਕੀਤਾ, ਆ ਬਾਲੀਵੁੱਡ ਵਾਲਿਆਂ ਨੇ ਉੱਥੇ ਅਵਾਰਡ ਸ਼ੋ ਕੀਤਾ ਮੇਰੇ ਵਿਆਹ 'ਚ। ਹਜ਼ਾਰ ਦਾ ਸੂਟ ਆਇਆ, ਤੂੰ ਕਰਾਟੇ ਦੀ ਵਰਦੀ ਮੂੰਹ ਪਾੜ ਕੇ ਕਹਿਤਾ। 47,000 ਦਾ ਹੋਣਾ ਸੀ ਸਹੀ, ਉਸ ਵਕਤ 44,000 ਭਲਾ ਕਿੰਨਾ ਹੁੰਦਾ ਸੀ? ਕਿੰਨਾ? 6-8 ਰੁਪਇਆ। ਹਾਂ ਇਰਾਨੀ, ਸਹੀ ਗੱਲ ਹੈ ਸਹੀ। ਲੇਕਿਨ ਚਾਚੇ ਖਾਂ, ਇਹ ਤੇਰੇ ਨਾਲ ਜਿਹੜਾ ਲਵ ਮੈਰਿਜ ਦਾ ਵੀ ਸੀਨ ਹੋਇਆ ਸੀ ਨਾ, ਵਿਆਹ ਤੇਰਾ ਲਵ ਮੈਰਿਜ ਸੀ? ਹਾਂ ਲਵ ਮੈਰਿਜ ਹੀ ਸੀਗਾ, ਬਾਕੀ ਵਿੱਚ ਇੱਕ ਹਕੀਮ ਨੇ ਰੋਲਾ ਬਣਾ ਲਿਆ, ਫਿਰ ਮੈਂ ਨਹੀਂ ਕੀਤਾ। ਹੁਣ ਚੰਗਾ ਨਹੀਂ ਆਈ? ਅਖਬਾਰਾਂ 'ਚ ਆਈਆਂ ਰਿਪੋਰਟਾਂ। ਪਕੌੜੇ ਆਏ ਉਦਣ ਅਖਬਾਰਾਂ 'ਚ। ਚਾਚਾ ਤਾਜ ਪੀਆ ਘਰ ਸਦਾਰ ਗਏ। ਚੁੱਪ ਕਰ ਜੋ ਯਾਰ, ਉਧਰੋਂ ਖੜਾਕ ਬੜੇ ਬੜੇ, ਤੈਨੂੰ ਪਤਾ ਖਮੋਸ਼ੀ ਕਰਾ ਕੇ ਉਹਨਾਂ ਨੇ ਇਹ ਪੁੱਛਿਆ ਤੁਹਾਡੇ ਚੋਂ ਲਾੜਾ ਕਿਹੜਾ ਵਾ? ਜ਼ਰਾ ਖਮੋਸ਼ ਹੋ, ਤੁਹਾਡੇ ਚੋਂ ਲਾੜਾ ਕਿਹੜਾ? ਹਾਂ ਮਿੱਠੇ ਖਾ, ਤੇਰੀ ਸ਼ਾਦੀ ਤੇ ਕੋਈ ਐਸਾ ਬਕੂਆ? ਮਿੱਠੇ ਨੂੰ ਨਾ ਇਸ ਸ਼ੋਅ ਦੇ ਵਿੱਚ ਹੋਰ ਕੋਈ ਕੰਮ ਕਰਨ ਨੂੰ ਨਹੀਂ ਲੱਭਦਾ, ਉਹ ਸਾਲਾ ਕੈਮਰਾ ਇੱਧਰ ਇੱਧਰ ਕਰੀ ਜਾਂਦਾ। ਆਪਣੇ ਵਿਆਹ ਤੇ ਆਪਣੀ ਮੂਵੀ ਆਪ ਬਣਾਉਂਦਾ, ਬਸ ਵਕਤ ਨੇ ਸਾਥ ਨਹੀਂ ਦਿੱਤਾ। ਆ ਚਾਚੇ ਤਾਜ ਦੀ ਜਦੋਂ ਬਰਾਤ ਗਈ, ਇਹਦਾ ਸਹੁਰਾ ਇਹਨੂੰ 2 ਦਿਨ ਗਲਤੀ ਰਾਹ ਸਮਝਾਉਂਦਾ ਰਿਹਾ, ਖੱਬੇ ਹੱਥ ਮੁੜ ਜਾਓ, ਖੱਬੇ ਹੱਥ, ਆ ਨਹਿ ਡੱਬ ਜਾਓ। ਉਹਨਾਂ ਨੂੰ ਹੋਰ ਸ਼ਹਿਰ ਭੇਜਤਾ। ਅਸਲ 'ਚ ਡਰੈਸ ਨਹੀਂ ਸੀ ਗਲਤ ਦੱਸ ਰਿਹਾ, ਉਹਨੇ ਕਿਹਾ ਕਿੱਥੇ ਪਹੁੰਚੇ? ਉਹਨੇ ਕਿਹਾ ਤੈਨੂੰ ਕਿਹਾ ਥੱਜਿਆ ਤੋਂ ਮੁੜ ਜਾਓ, ਇੱਧਰ ਨੂੰ ਮੁੜ ਜਾਓ, ਐ ਇੱਥੇ ਸਾਹਮਣੇ ਹੋਟਲ ਹੈਗਾ ਇੱਕ, ਉਹਨੇ ਕਿਹਾ ਆਹੋ ਬਾਬੇ ਖਲੋਵੋ, ਇੱਥੇ ਮੈਂ ਕੁੜੀ ਬਾਹਰ ਭੇਜਦਾ। ਜਿਹੜੀਆਂ ਮਿਲਾਂ 'ਚ ਨਹੀਂ ਲੱਗੀਆਂ ਹੁੰਦੀਆਂ ਅਲਾਮਤਾਂ ਜਿਹੀਆਂ, ਵੀ ਬਿਜਲੀ ਸੇ ਛੇੜਛਾੜ ਮਤ ਕਰੇ, ਉਹ ਮਸਹਿਰੀ 'ਚ ਵੀ ਉਹ ਸਾਰੇ ਸਟੀਕਰ ਲਾਏ, ਟ੍ਰੈਫਿਕ ਵਾਲੇ ਸਟੀਕਰ ਲਾਏ ਮਸਹਿਰੀ 'ਚ। ਮਿੱਠੇ ਦੀ ਉਹਨੇ ਵਰੀ ਵਿਖਾਈ ਹੈ ਤੇ ਨਾਲੇ ਵੀ ਕਿਹਾ ਜੀ ਇਹ ਆਖਰੀ ਵਰੀ ਹੈ। ਤੁਸੀਂ 4 ਸਾਲ ਦੇ ਸੀ ਆਪ, ਇੰਨੇ ਕ ਹਾਂਜੀ ਉਦੋਂ ਤੇ ਢੋਲਕ ਪਲੇ ਕਰ ਰਹੇ ਹੋ, ਕੀ ਬਾਤ ਹੋ ਗਈ! ਉਦੋਂ ਤੇ ਮੈਂ ਇੰਜ ਵਜਾਉਂਦੀ ਸਾਂ, ਉਦੋਂ ਇੰਜ ਵਜਾਉਂਦੀ ਸਾਂ।
ਇਹ ਵੀ 11-12 ਸਾਲਾਂ ਲਈ ਆ। ਲੇਡੀ ਨਾਜ਼ਰੀਨ, ਵੈਲਕਮ ਬੈਕ ਪ੍ਰੋਗਰਾਮ ਮੇਂ, ਦੁਬਾਰਾ ਖੁਸ਼ ਆਮਦੀਦ। ਹਮਾਰੇ ਸਾਥ ਆਜ ਮਾਸ਼ਾਅੱਲਾ ਹਮਾਰੇ ਬਹੁਤ ਅੱਛੇ ਗੈਸਟ ਜਨਾਬ ਮਹਿਕ, ਮੈਂ ਮਲਕ ਮਹਿਕ ਗਿੱਲ ਸਾਹਿਬ। ਯਾਰ ਕੋਈ ਗੱਲ ਨਹੀਂ, ਫਿਰ ਕਿਆ ਹੈ ਬੱਚੇ, ਕੁਛ ਨਹੀਂ ਹੁੰਦਾ। ਹਮਾਰਾ ਜ਼ਰਾ ਥੋੜ੍ਹਾ ਉਹ ਚਿਲ ਪ੍ਰੋਗਰਾਮ ਹੈ ਨਾ, ਉਹ ਬਹੁਤ ਸੜੀਅਲ ਇੰਜ ਕਰਕੇ ਬਹਿਣ ਵਾਲਾ ਨਹੀਂ ਹੈਗਾ ਸਾਡਾ ਪ੍ਰੋਗਰਾਮ, ਈਜ਼ੀ ਹੋ ਕੇ ਬਹਿ, ਬਿਲਕੁਲ ਠੀਕ ਹੈ ਨਾ। ਹਮਾਰੇ ਸਾਥ ਜਨਾਬ ਜੀ ਮਹਿਕ ਗਿੱਲ, ਮੁਹਤਰਮਾ ਢੋਲਕ ਨਵਾਜ਼, ਬਹੁਤ ਅੱਛੀ। ਮੈਂ ਦੁਬਈ ਗਿਆ, ਮੈਨੇ ਦੇਖਾ ਇੱਕ ਉਧਰ ਨਾ ਰੈਸਟੋਰੈਂਟ ਮੇਂ ਇੱਕ ਜਗ੍ਹਾ ਪੇ, ਯੇ ਥੀ ਸਾਥ ਇਨਕੀ ਬੜੀ ਬਹਿਨ ਅਨਿਲਕਾ, ਅਨਿਲਕਾ ਸ਼ਰਮਾ, ਅਨਿਲਕਾ ਗਿੱਲ। ਅੱਛਾ, ਅਨਿਲਕਾ ਸ਼ਰਮਾ ਜ਼ਿਆਦਾ ਅੱਛਾ ਲੱਗ ਰਿਹਾ, ਲੇਕਿਨ ਉਹ ਗਿੱਲ ਨੇ ਤੇ ਹੁਣ ਕੀ ਕਰਨ, ਸ਼ਰਮਾ ਲਾ ਲੈਣ, ਉਹ ਗਿੱਲ ਨੇ ਜੀ। ਚਲੋ ਠੀਕ ਹੈ। ਤੋ ਨਾਜ਼ਰੀਨ, ਦੁਬਈ ਮੇਂ ਪਹਿਲੀ ਮੁਲਾਕਾਤ ਹੋਈ ਤੋ ਮੈਂ ਬੜਾ ਇੰਪ੍ਰੈਸ ਹੋਇਆ। ਮੈਂ ਕਿਹਾ ਯਾਰ ਮਤਲਬ ਧੀ ਧਿਆਣੀ ਹੈਗੀ ਹੈ, ਢੋਲਕ ਵਜਾ ਰਹੀ, ਔਰ ਇੰਨੀ ਅੱਛੀ ਢੋਲਕ ਤੁਹਾਨੂੰ ਸੁਣਾਵਾਂਗੇ ਹੁਣੇ। ਅਤੇ ਫਿਰ ਮੈਂ ਐਰਕੀ ਜਦੋਂ ਦੁਬਈ ਗਿਆ, ਮੈਂ ਆਪਣਾ ਸਾਰਾ ਰਿਕਾਰਡਿੰਗ ਵਾਲਾ ਸਮਾਨ ਨਾਲ ਲੈ ਗਿਆ। ਮੈਂ ਕਿਹਾ ਯਾਰ ਮੈਂ ਆਪਣੇ ਆਡੀਅੰਸ ਨਾਜ਼ਰੀਨ ਨੂੰ ਦਿਖਾਵਾਂ। ਵੈਸੇ ਇਹਨਾਂ ਦਾ ਯੂਟਿਊਬ ਚੈਨਲ ਵੀ ਹੈਗਾ, ਅਤੇ ਯਕੀਨਨ ਤੁਸੀਂ ਉਹ ਨਹੀਂ ਵੇਖਿਆ ਹੋਣਾ, ਕਿਉਂਕਿ ਸਰਕਾਰ ਹੁਣੀ ਕਿਤੇ 6 ਮਹੀਨੇ 8 ਮਹੀਨੇ ਬਾਅਦ ਇੱਕ ਵੀਡੀਓ ਪਾਉਂਦੇ ਨੇ, ਕਿਤੇ ਉਹ ਵੀ 1 ਮਿੰਟ 59 ਸੈਕਿੰਡ ਦੀ, ਅਤੇ ਇਹ ਮਿੰਟ ਵਿੱਚੋਂ ਖਤ ਕਦਮ ਕਰ ਲੈਣਾ ਬਸ, ਇਕੱਲੇ 59 ਸੈਕਿੰਡ ਦੀ, ਠੀਕ ਹੈ। ਉਹਦੇ 'ਚ ਆਡੀਓ ਰਿਜ਼ਲਟ ਵੀ ਮਤਲਬ ਐਸਾ ਬਿਤੋਬਾ ਹੁੰਦਾ, ਯਕੀਨ ਕਰੋ ਵੀ ਮੋਬਾਈਲਾਂ 'ਤੇ ਹੀ, ਅਤੇ ਠੀਕ ਹੈ ਨਾ। ਅਤੇ ਫਿਰ ਅੱਜ ਹੁਣ ਫੈਸਲਾਬਾਦ ਕਰਾਚੀਓ ਲਾਹੌਰ ਜਾ ਰਹੇ ਸੀ, ਮੈਂ ਗਾਟੀ ਪਾਈ ਟ੍ਰੇਨ ਨੂੰ ਫੈਸਲਾਬਾਦ, ਉਹ ਇੱਕ ਆ ਗਈ ਗਾਟੀ 'ਚ, ਇੱਕ ਨਿਕਲ ਗਈ, ਯਾਨੀ ਕਿ ਉਹ ਸਾਡੀ ਜਿਹੜੀ ਭੈਣ ਦੂਜੀ ਹੈ ਜਿਹੜੀ ਅਨੁਸ਼ਕਾ ਸ਼ਰਮਾ, ਯਾਰ ਅਨਿਲਕਾ ਗਿੱਲ, ਅਨਿਲਕਾ ਗਿੱਲ ਸਾਹਿਬ ਆ ਜਿਹੜੀ, ਉਹ ਲਾਹੌਰ ਚਲੇ ਗਏ ਨੇ, ਢੋਲਕ ਵਾਲਾ ਅਸੀਂ ਜਿਹੜੀ ਆ ਉਹ ਗਾਟੀ 'ਚ ਆ ਗਏ ਸਾਡੇ। ਮਹਿਕ ਜੀ ਇਹ ਦੱਸੋ ਕਿ ਸਾਡੇ ਕਲਚਰ, ਸਾਡੇ ਇੱਥੇ ਜਿਹੜਾ ਸਿਸਟਮ ਆ ਪਾਕਿਸਤਾਨ ਦਾ, ਮਸ਼ਰਕੀ ਜਿਹਨੂੰ ਅਸੀਂ ਕਹਿੰਦੇ ਹਾਂ, ਠੀਕ ਹੈ ਨਾ, ਕਲਚਰ ਸਾਡਾ, ਉਹਦੇ 'ਚ ਪਹਿਲੇ ਤਾਂ ਇਹ, ਅੱਛਾ ਤੁਸੀਂ ਬਿਲਕੁਲ ਬੇਧੜਕ ਹੋ ਕੇ ਬੋਲਣਾ, ਕੋਈ ਐਸੀ ਟੈਨਸ਼ਨ ਵਾਲੀ ਗੱਲ ਨਹੀਂ, ਮਤਲਬ ਬਹੁਤ ਬਨਾਵਟੀ ਜਿਹਾ ਨਹੀਂ ਬੋਲਣਾ, ਜੋ ਅੰਦਰ ਹੈਗਾ ਨਾ ਦਿਲ 'ਚ ਗੱਲ ਉਹ ਦੱਸਣਾ। ਢੋਲਕ ਤੁਸੀਂ ਪ੍ਰੋਫੈਸ਼ਨ ਤੁਹਾਡਾ ਹੋ ਗਿਆ ਹੁਣ ਦੁਬਈ, ਮਾਸ਼ਾਅੱਲਾ ਤੁਸੀਂ ਢੋਲਕ ਪਲੇ ਕਰਦੇ ਹੋ ਮੁਖਤਲਿਫ ਸਿੰਗਰ ਦੇ ਨਾਲ, ਫੈਸਲਾਬਾਦ ਦੇ ਬੜੇ ਸਿੰਗਰ, ਸਾਡਾ ਭਰਾ ਅਲੀ ਸ਼ੇਰ ਇਜਾਦ ਭਾਈ, ਇਜਾਦ ਸ਼ੇਰ ਅਲੀ ਮੇਰ ਅਲੀ, ਠੀਕ ਆ। ਉਸ ਤੋਂ ਬਾਅਦ ਜਨਾਬ ਜੀ ਇਹ ਵੀ ਬਹੁਤ ਸਾਰੇ ਸਿੰਗਰ ਜਦੋਂ ਦੁਬਈ ਜਾਂਦੇ ਨੇ ਨਾ, ਤੇ ਉਹ ਫਿਰ ਇਹ ਹੁੰਦਾ ਕਿ ਢੋਲਕ ਪਿੱਛੇ ਜਨਾਬ ਜੀ ਪਲੇ ਕਰਦੇ ਨੇ ਮਹਿਕ ਸਾਹਿਬ। ਅੱਛਾ ਹੁਣ ਮਹਿਕ ਸਾਹਿਬ ਗੱਲ ਇਹ ਹੈ ਕਿ ਇੱਕ ਹੀ ਸ਼ੌਕ ਮਤਲਬ ਕਿ ਕੁੜੀਆਂ ਦਾ, ਕਿ ਚਲੋ ਜੀ ਇੱਕ ਪੜ੍ਹਾਈ ਕਰਨੀ, ਉਸ ਤੋਂ ਬਾਅਦ ਕਢਾਈ ਸਿੱਖ ਲਈ, ਹਾਂਡੀ ਰੋਟੀ ਸਿੱਖੀ ਮਾਂ ਕੋ, ਠੀਕ ਆ ਨਾ, ਕੋਈ ਇਸ ਤਰ੍ਹਾਂ ਦੇ ਕੰਮ ਕੁੜੀ, ਇਹ ਢੋਲਕ ਦਾ ਕੀ ਸ਼ੌਕ ਮਤਲਬ? ਮੈਨੂੰ ਸ਼ੁਰੂ ਤੋਂ ਸ਼ੌਕ ਸੀ ਢੋਲਕ ਵਜਾਉਣ ਦਾ। ਅੱਛਾ, ਹਾਂਜੀ। ਤੇ ਜਿਹੜੀ ਨਾਲ ਉਹ ਸਾਡੀ ਭੈਣ ਆ, ਉਹਨੂੰ ਗਾਉਣ ਦਾ ਸ਼ੌਕ ਸੀ? ਹਾਂਜੀ। ਤੇ ਤੁਸੀਂ ਦੋਵੇਂ ਮਤਲਬ ਕਿ ਗਾਣੀ ਵੀ ਆ ਵਜਾਨੀ ਵੀ ਆ ਨਾਲ? ਤੁਸੀਂ ਗਾਣਾ ਵੀ ਗਾਉਂਦੇ ਹੋ? ਲੇਕਿਨ ਗਾਣਾ ਅਸੀਂ ਕਦੀ ਸੁਣਿਆ ਨਹੀਂ ਤੁਹਾਡਾ। ਗਾਣਾ ਵੀ ਗਾਉਂਦੀ? ਹਾਂਜੀ, ਪੱਕੀ ਗੱਲ। ਹਾਂ, ਜਦੋਂ ਕਹਿ ਰਹੀ ਤੇ ਯਾਰ ਸਿਆਣੀ ਬਹਿਣੀ, ਹੁਣ ਕੀ ਮੈਂ ਝੂਠ ਬੋਲੇਗੀ ਕੈਮਰੇ ਸਾਹਮਣੇ, ਗਾਉਂਦੀ ਹੋਣੀ ਤਾਂ ਉਹਨੇ ਕਿਹਾ। ਵੈਸੇ ਬੰਦਾ ਯਾਰ ਤੂੰ ਹੱਥੀ ਪੈ ਯਾਰ, ਹੱਥੀ ਨਹੀਂ, ਉਹਨੂੰ ਨਹੀਂ ਪਤਾ ਵੀ ਮੈਂ 4 ਬੰਦਿਆਂ 'ਚ ਕਹਿ ਰਹੀ ਹਾਂ, ਅਗਲੇ ਕਹਿ ਦੇਣ ਵੀ ਸੁਣਾ ਤੇ ਮੈਂ ਕਿੱਧਰ ਜਾਣਾ ਫਿਰ ਜੇ ਮੈਂ ਝੂਠੀ ਹੋਈ ਤੇ। ਯਾਰ ਇੱਕ ਤਾਂ ਆਮ ਬੰਦਾ ਵੀ ਕਹਿ ਦਿੰਦਾ ਵੀ ਮੈਨੂੰ ਵੀ ਗਾਣਾ ਹੁੰਦਾ, ਮਿੱਠੇ ਖਾਂ ਵੀ ਕਹਿੰਦਾ ਗਾਣਾ। ਨਹੀਂ ਨਹੀਂ ਨਹੀਂ, ਅਗਰ ਉਹਨੇ ਕਿਹਾ ਤੇ ਉਹ ਕੁਛ ਹੋਏਗਾ। ਅੱਛਾ, ਤੁਸੀਂ ਬਕਾਇਦਾ ਗਾਉਂਦੇ ਹੋ ਜਾਂ ਸ਼ੌਕ ਆ ਤੁਹਾਨੂੰ? ਨਹੀਂ ਮੈਂ ਵੈਸੇ ਗਾਉਂਦੀ ਹਾਂ, ਇਹ ਮੇਰਾ ਸ਼ੌਕ ਹੈ ਢੋਲਕ ਦਾ। ਲੇਕਿਨ ਮੈਂ ਤਾਂ ਵੇਖਿਆ ਅਨਿਲਕਾ ਗਾਉਂਦੀ ਹੁੰਦੀ ਆ ਤੇ ਤੁਸੀਂ ਢੋਲਕ ਪਲੇ ਕਰਦੇ ਹੋ। ਹਾਂ, ਲੇਕਿਨ ਉਹਨੂੰ ਮੈਂ ਜ਼ਿਆਦਾ ਅੱਗੇ ਰੱਖਦੀ ਹਾਂ।
ਕਿ ਉਹ ਜ਼ਿਆਦਾ ਪਰਫਾਰਮ ਕਰੇ। ਅੱਛਾ ਓਕੇ, ਤੁਹਾਨੂੰ ਜ਼ਿਆਦਾ ਸ਼ੌਕ ਢੋਲਕ ਢੋਲਕ ਦਾ ਵਾ? ਹੁਣ ਜ਼ਿਆਦਾ ਹੋ ਗਿਆ ਢੋਲਕ ਦਾ। ਇਹ ਸਿੱਖੀ ਤੁਸੀਂ ਕਿੰਨੀ ਦੇਰ ਚ ਤੁਹਾਨੂੰ ਆ ਗਈ ਢੋਲਕ ਵਜਾਉਣੀ? ਮੈਂ 4 ਸਾਲ ਦੀ ਸਾਂ। ਇਹ ਤੁਸੀਂ ਉੱਥੋਂ ਤਾਂ ਨਹੀਂ ਸਿੱਖੀ ਜਿਹੜੀ ਉਹ ਵਿਆਹਾਂ ਲਈ ਟਿਕ ਟਕ 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 ਦੇਸਾਂ ਦਾ ਰਾਜਾ ਉੱਥੋਂ ਸ਼ੁਰੂ ਕੀਤੀ? ਨਹੀਂ, ਉਹ ਦੇਸਾਂ ਦੇ ਰਾਜੇ ਤੋਂ ਨਹੀਂ ਸ਼ੁਰੂ ਕੀਤੀ। ਨਹੀਂ, ਤੁਸੀਂ ਪਿਓਰ ਜਿੱਦਾਂ ਢੋਲਕ ਦਾ ਪਿਓਰ ਸਬਕ ਹੁੰਦੇ ਨੇ ਕੋਈ ਉਹਨਾਂ ਦੇ ਕਲਾਸੀਕਲ ਜਾਂ ਬੋਲ ਜਿਹੜੇ ਹੁੰਦੇ ਨੇ? ਨਹੀਂ, ਮੈਨੂੰ ਇਹ ਵੀ ਨਹੀਂ ਯਾਦ, ਬੋਲ ਵੀ ਨਹੀਂ ਯਾਦ। ਅੱਛਾ, ਇਹ ਗੋਡ ਗਿਫਟਡ ਹੈ। ਹਾਏ, ਬੜੀ ਗੱਲ। ਅੱਛਾ ਜੀ, ਮੈਨੂੰ ਇਹ ਨਹੀਂ ਪਤਾ ਕਿ ਮੈਂ ਠੇਕਾ ਕਿਹੜਾ ਵਜਾਉਣੀ ਆ। ਅੱਛਾ, ਮਾਸ਼ਾਅੱਲਾ, ਇਹ ਮੈਨੂੰ ਉੱਤੋਂ ਹੀ ਆਉਂਦਾ ਕਿ ਮੈਂ ਕੀ ਵਜਾਣ। ਕੀ ਬਾਤ ਹੈ ਵੀ, ਵਾਹ ਜੀ ਵਾਹ, ਵਾਹ ਜੀ ਵਾਹ, ਬੜੀ। ਅੱਛਾ, ਇੱਕ ਸਵਾਲ ਪੁੱਛਿਆ, ਢੋਲਕੀ ਰਸੀ ਬਣੀ ਆ, ਕਾਰਗੋ ਕਰਾਉਣ ਲੱਗੇ ਤੁਸੀਂ ਕਿਤੇ? ਮਤਲਬ ਢੋਲਕ ਪੁੱਛਿਆ, ਵੈਸੇ ਕੀ ਕਰਾਉਣ ਲੱਗੇ? ਕਾਰਗੋ ਕਰਾਉਣ ਲੱਗੇ ਨਾ। ਪਤਾ ਕਾਰਗੋ ਕੌਣ ਰਸੀਆਂ ਬੰਨ ਕੇ ਚੀਜ਼ ਕਰਾਉਂਦਾ ਯਾਰ? ਭਾਜੀ ਹੋਰ ਕੀ ਕਰਦੇ? ਨਹੀਂ, ਕਾਰਗੋ ਦੇ ਉੱਪਰ ਉਹ ਫਿਰ ਡੱਬੇ 'ਚ ਪਾ ਕੇ ਇਹਦੇ ਉੱਪਰ ਉਹ ਜਿਹੜਾ ਬਬਲ ਯਾਰ, ਮੈਂ ਰਸੀਆਂ ਵਾਲੀ ਵੀ ਵੇਖੀ ਵੀ ਕਾਰਗੋ ਫੂਕ ਮਾਰ ਕੇ ਕਰ ਦਿੰਦੇ। ਇੰਡੀਆ ਤੋਂ ਹੀ ਆਈ? ਹਾਂ, ਦੇਖਿਆ। ਅੱਛਾ, ਇੰਡੀਅਨ ਆਏ? ਹਾਂ, ਅੱਛਾ ਅੱਛਾ, ਇੰਡੀਆ ਸੇ ਮੰਗਵਾਈ। ਬੜੀ ਗੱਲ। ਨਹੀਂ ਨਹੀਂ, ਉਹ ਹੈ ਵੈਸੇ ਪੇਚਾਂ ਲਈ ਆ, ਉਹ ਵੈਸੇ ਖੂਬਸੂਰਤੀ ਆਸਤੇ ਦਾ। ਅੱਛਾ ਅੱਛਾ, ਮਾਸ਼ਾਅੱਲਾ। ਅੱਛਾ, ਕਿੰਨੇ ਸਾਲ ਹੋ ਗਏ ਤੁਹਾਨੂੰ? 4 ਸਾਲ ਤੋਂ ਵਜਾ ਰਹੀ ਸੀ ਪਹਿਲੇ ਤਾਂ। ਮੈਂ ਤਾਂ ਕਿਹਾ ਹੀ ਨਹੀਂ ਕਿਸ ਗੱਲ ਨੂੰ, ਮੈਂ ਹੋ ਸਕਦਾ ਪੁੱਛਿਆ ਹੋਵੇ ਪੈਦਾ ਹੋਈ ਨੂੰ, ਮੈਂ ਹੋ ਸਕਦਾ ਪੁੱਛਿਆ ਹੋਵੇ ਇਹ ਕੰਮ ਤੁਸੀਂ ਐਵੇਂ, ਮਤਲਬ ਮੈਂ ਹਲੇ ਨੂੰ ਪੁੱਛਿਆ ਕਿੰਨੇ ਸਾਲ ਹੋਏ ਤੁਸੀਂ ਕਿਹਾ 4 ਸਾਲ ਤੋਂ ਵਜਾ ਰਹੀ। ਨਹੀਂ, ਮਤਲਬ ਮੈਂ 4 ਸਾਲ ਦੇ ਸੀ ਉਦੋਂ ਦੀ ਵਜਾ ਰਹੀ। ਤੁਸੀਂ 4 ਸਾਲ ਦੇ ਸੀ ਆਪ? ਇੰਨੇ ਕੁ? ਹਾਂਜੀ, ਉਦੋਂ ਤੇ ਢੋਲਕ ਪਲੇ ਕਰ ਰਹੇ ਹੋ? ਕੀ ਬਾਤ ਹੈ, ਵਾਹ। ਉਦੋਂ ਤੇ ਮੈਂ ਤਾਂ ਵਜਾਉਂਦੀ ਸਾਂ, ਉਦੋਂ ਅੰਜ ਵਜਾਉਂਦੀ ਸਾਂ। ਇਹ ਵੀ 11-12 ਸਾਲਾਂ ਲਈ ਆ ਜਿਹੜੀ ਤੁਸੀਂ 4 ਸਾਲ ਚ ਵਜਾਤੇ। ਇਦਾਂ ਕੋਈ ਛੋਟੀ ਜੀ ਵਜਾਓ ਢੋਲਕ। ਅੱਛਾ ਅੱਛਾ ਜੀ, ਫਿਰ ਮਤਲਬ ਕਿ ਸਾਡੇ ਇਸ ਮੁਆਸ਼ਰੇ ਦੇ ਵਿੱਚ ਕੋਈ ਤੁਹਾਨੂੰ ਕੋਈ ਪ੍ਰੋਬਲਮ ਇਹਦੇ ਵਿੱਚ, ਕੋਈ ਲੋਕਾਂ ਵੱਲੋਂ ਕੋਈ ਜਾਂ ਕੁੜੀ ਹੋ ਕੇ ਢੋਲਕ ਵਜਾ ਰਹੀ ਜੀ, ਜੇ ਕੋ ਕਦੀ ਇਸ ਤਰ੍ਹਾਂ ਦਾ ਸਾਹਮਣਾ ਕਰਨਾ ਪਿਆ? ਨਹੀਂ ਨਹੀਂ, ਇਹਦਾ ਮਤਲਬ ਤੁਸੀਂ ਸਾਡੇ ਮੁਆਸ਼ਰੇ ਚ ਵਜਾਈ ਨਹੀਂ ਕਿਸੇ ਅੱਗੇ? ਨਹੀਂ ਤੇ ਹੋ ਹੀ ਨਹੀਂ ਸਕਦਾ, ਜਾਂ ਫਿਰ ਤੁਸੀਂ ਸਾਡੇ ਮੁਆਸ਼ਰੇ ਨੂੰ ਮੰਨਦੇ ਨਹੀਂ। ਤੁਸੀਂ ਜ਼ਿਆਦਾ ਦੁਬਈ ਤੁਸੀਂ ਮਤਲਬ ਉੱਥੇ ਉੱਥੇ ਪਾਇਣ, ਉਹ ਜ਼ਰਾ ਥੋੜਾ ਹੋਰ ਹਿਸਾਬ ਕਿਤਾਬ ਆ, ਉੱਥੇ ਇੰਟਰਟੇਨਮੈਂਟ ਸਮਝਦੇ ਆ, ਇੱਥੇ ਮਰਾਸਪੁੜਾ ਸਮਝਦੇ ਆ। ਸਹੀ ਗੱਲ, ਪਰ ਢੋਲਕ ਉਹੀ ਆ। ਅੱਛਾ ਜੀ, ਅੱਛਾ ਇਹ ਦੱਸੋ ਕਿ ਲਾਈਫ ਟਾਈਮ ਮਤਲਬ ਇਹੀ ਹੁਣ ਤੁਹਾਡਾ, ਮਾਸ਼ਾਅੱਲਾ ਕੱਲ ਨੂੰ ਸ਼ਾਦੀ ਹੋਣੀ ਹੈ ਜਾਂ ਕੱਲ ਬਾਅਦ ਅਗਲੇ ਕਹਿਣ ਜੀ ਕੁੜੀ ਕੀ ਕਰਦੀ ਆ, ਬਾਕੀ ਦੱਸਦੇ ਨੇ ਜੀ ਮਾਸ਼ਾਅੱਲਾ ਕੁੜੀ ਬਹੁਤ ਅੱਛਾ ਹਾਂਡੀ ਰੋਟੀ ਕਰਦੀ ਆ ਸਾਡੇ ਜੀ, ਜਿੱਦਾਂ ਮੁੰਡੇ ਦਾ ਮੁੰਡਾ ਕਾਰੋਬਾਰੀ ਆ ਜੀ। ਅੱਛਾ ਜੀ, ਕੁੜੀ ਵੀ ਮਾਸ਼ਾਅੱਲਾ ਘਰ ਦੇ ਸਾਰੇ ਕੰਮ ਕਰਦੀ ਆ, ਤਬੀਅਤ ਦੀ ਇੱਦਾਂ ਅੱਛੀ ਆ, ਸਵੇਰ ਤੋਂ ਉੱਠ ਕੇ ਰਾਤ ਤੱਕ ਭਾਂਡੇ ਧੋਂਦੀ, ਕਿਚਨ 'ਚ ਸਮਾਤੇ। ਹੁਣ ਅਸੀਂ ਕੀ ਦੱਸਾਂਗੇ ਆਪਣੇ ਉਹਨਾਂ ਨੂੰ ਕਿ ਜੇ ਕੋਈ ਸਾਨੂੰ ਪੁੱਛ ਲਵੇ ਤੇ ਅਸੀਂ ਕੀ ਕਹੋਗੇ, ਸਾਡੀ ਧੀ ਮਾਸ਼ਾਅੱਲਾ ਜੀ ਢੋਲਕ ਬਹੁਤ ਅੱਛੀ ਪਲੇ ਕਰਦੀ ਆ। ਹਾਂ, ਇਹ ਦੱਸਣਾ ਪਏਗਾ, ਦੱਸਣਾ ਤਾਂ ਹਰ ਹੀ ਗੱਲ ਆ। ਹਾਂ, ਕੋਈ ਝੂਠ ਤਾਂ ਨਹੀਂ ਨਾ ਬੋਲਣਾ। ਹਾਂਜੀ। ਅੱਛਾ ਬੇਟਾ, ਇਹ ਦੱਸੋ ਕਿ ਤੁਸੀਂ ਹੁਣ ਸਾਨੂੰ ਕੀ ਸੁਣਾਓਗੇ? ਕੁਛ ਹੈ, ਇੱਕ ਮੈਂ ਗਾਣਾ ਸੁਣਿਆ ਸੀ ਅਨਿਲਕਾ ਕੋਲੋਂ, ਉਹ ਨੋਨੀ ਨੂੰ, ਨੋਨੀ ਤੈਨੂੰ ਆਉਂਦਾ ਗਾਣਾ ਜਿਹੜਾ ਤੂੰ ਕੀ ਜਾਣੇ ਭੋਲੀਏ ਮੱਝੇ, ਹਾਂਜੀ ਤੂੰ ਕੀ ਜਾਣੇ, ਤੂੰ ਕੀ ਜਾਣੇ, ਤੂੰ ਕੀ ਜਾਣ, ਉਹ ਹਾਂਜੀ ਹਾਂਜੀ ਉਹ ਕੀ ਆ, ਤੂੰ ਕੀ ਜਾਣੇ। ਲਓ ਜੀ ਨਾਜ਼ਰੀਨ, ਤੁਸੀਂ ਢੋਲਕ ਸੁਣਨੀ ਹੈ, ਮਜ਼ਾ ਆਏਗਾ ਤੁਹਾਨੂੰ। ਲਓ ਜੀ, ਬਾਕੀ ਗੱਲਾਂ ਆਪਾਂ ਬਾਅਦ ਚ ਕਰਦੇ, ਲੋਕਾਂ ਨੇ ਕਹਿਣਾ ਉਹ ਸੁਣਾਓ ਤਾਂ ਸਹੀ ਨਾ ਕੁਛ, ਮਤਲਬ ਤੁਸੀਂ ਗੱਲਾਂ ਹੀ ਕਰੀ ਜਾ ਰਹੇ ਹੋ। ਨੋਨੀ ਖਾਂ ਨੂੰ ਇੱਥੇ ਬੁਲਾ ਲਈਏ। ਨੋਨੀ ਖਾਂ ਉਰੇ ਆ, ਇੱਥੇ ਆ ਨੋਨੀ ਖਾਂ। ਹੋ ਤੂੰ ਕੀ ਜਾਣੇ ਸਾਰੀ ਸ਼ਕਦੀ, ਕਿਉਂ ਕਰਨਾ ਵੱਡਿਆਂ, ਹੋ ਤੂੰ ਕੀ ਜਾਣੇ ਸਾਰੀ
ਨਹੀਂ ਸਕਦੀ ਕਿਉਂ ਕਰਨਾ ਏ ਵਡਿਆਈਆਂ ਇਸ਼ਕ ਦੇ ਬਦਲੇ ਸ਼ਮਸ ਜਿਹਾਂ ਨੇ ਇਸ਼ਕ ਦੇ ਬਦਲੇ ਸ਼ਮਸ ਜਿਹਾਂ ਨੇ ਪਟ ਖਾ ਕੇ ਜ਼ਮੀਂ ਤੇ ਮਾਰੇ ਦਿੱਤੇ ਨੇ ਸਭ ਨੂੰ ਲਾਰੇ ਤੂੰ ਕੀ ਵਿੱਚ ਖੁਦਾਈਆਂ ਇਸ਼ਕ ਦੇ ਬਦਲੇ ਸ਼ਮਸ ਜਿਹਾਂ ਨੇ ਇਸ਼ਕ ਦੇ ਬਦਲੇ ਸ਼ਮਸ ਜਿਹਾਂ ਚਿਲਿਓਟਾ ਸਾਦਾ ਇਹ ਅਵਦਾ ਤੇ ਬਲਗ ਜਿਆ ਲੋਕਾ ਬਲਗ ਜਿਆ ਲੋਕਾ ਲੱਗਦੀ ਏ ਗਲੀ ਪਤ ਰੰਗ ਸਜੜਾ ਆ ਜਾ ਪਿਆਰ ਦਾ ਸਖਾਵਾ ਸਜੜਾ ਸਾਡੇ ਕੋਲ ਸਿੰਗਰ ਆਇਆ ਨੇ ਬੜੇ ਅੱਛੇ ਮਹਿਕ ਜੀ ਅੱਛਾ ਉਧਰ ਦੇਖੋ ਜਰਾ ਪਰੇ ਮਿੱਠਾ ਜੀ ਕਿਆ ਕਹਿੰਦੇ ਠੀਕ ਹੈ ਜੀ ਹਾਂਜੀ ਉਹਨਾਂ ਕੋਲ ਢੋਲਕੀ ਵਾਲਾ ਵੀ ਆਪਣਾ ਸੀ ਜੀ ਉਹਦੀ ਫੁੱਫੀ ਪੀਪਾ ਵਜਾਉਂਦੀ ਸੀ ਹਾਂ ਔਰ ਖਾਨ ਸਾਹਿਬ ਨੇ ਉੱਥੋਂ ਮੁਤਾਸਰ ਹੋ ਕੇ ਗਾਣਾ ਬਣਾ ਲਿਆ ਹਾਂ ਜੇ ਤੂੰ ਅੱਖੀਆਂ ਦੇ ਸਾਹਮਣੇ ਨਹੀਂ ਰਹਿਣਾ ਤੇ ਪੀਪਾ ਸਾਡਾ ਦਿਲ ਮੋੜ ਦੇ ਉਹਨੂੰ ਵੀ ਸੇਮ ਲੱਸੀਆਂ ਬੰਨੀਆਂ ਸੀ ਉਹਨੇ ਇਸੇ ਤਰ੍ਹਾਂ ਹਾਂ ਜੀ ਫੁੱਫੀ ਜਿਹੜੀ ਮਿੱਠਾ ਜਲੋਟਾ ਜੀ ਯਾਰ ਮਿੱਠਾ ਜਲੋਟਾ ਨਫ਼ਰਤ ਹੋ ਜਾਏਗੀ ਅੱਜ ਤੋਂ ਬਾਅਦ ਗਾਣੇ ਨਾਲ ਮੈਂ ਕਹਿੰਦਾ ਇਹ ਨਾਲ ਪਲੇ ਕਰਨਾ ਇਹਨਾਂ ਨੇ ਇਹਨਾਂ ਨੇ ਤਾਂ ਯਾਰ ਉਹ ਮੈਨੂੰ ਕੀ ਕਹਿ ਕੇ ਕਰਾਚੀਓਂ ਬੁਲਾ ਕੇ ਮੇਰੇ ਨਾਲ ਤੁਸੀਂ ਇਹ ਕੰਮ ਕਰਨ ਦੇ ਮੈਂ ਕੋ ਕਸਮ ਲੈ ਲਓ ਮੈਂ ਉਹਦੇ ਨਾਲ ਚੰਗਾ ਗਾਉਣਾ ਚਾਚਾ ਤਾਜ ਬੜਾ ਖੋਲਾ ਚੰਗਣਾ ਯਾਰ
ਸਾਡਾ ਗਰੁੱਪ ਪੂਰਾ। ਮੈਂ ਚੱਕ ਕੇ ਰੱਖਣਾ ਜੀ ਕੰਮ। ਤੂੰ ਕਰ ਕਰ। ਚਲੋ ਜੀ ਮਿੱਠਾ ਜੀ। ਅੱਛਾ ਭੈਣ, ਹਾਲੇ ਮੈਂ ਕਿਹਾ ਨੀ ਕਿ ਵੀ ਤੁਸੀਂ, ਮੈਂ ਸਿਰਫ ਇੰਨਾ ਕਹਿਣ ਦੀ ਗਲਤੀ ਕੀਤੀ ਕਿ ਸਾਡੇ ਕੋਲ ਵੀ ਇੱਕ ਸਿੰਗਰ ਆ, ਤੂੰ ਆਪਣਾ ਸਾਰਾ ਸਾਜ਼ੋ ਸਮਾਨ ਲਾ ਲਿਆ। ਭਾਜੀ ਟਾਈਮ ਛੋੜਾ, ਤੁਸੀਂ ਵੰਡ ਵੀ ਦੇਣਾ ਵਾ। ਹਾਂ ਚਲੋ, ਕੈਸਾ ਅਗਲ ਵਾਂਢੀ ਸਿੰਗਰ ਆ ਯਾਰ। ਚਲੋ ਭਾਜੀ ਫਿਰ ਤਾਰਫ ਕਰਾ ਲਓ ਮੇਰਾ। ਓ ਯਾਰ ਹੁਣ ਸੁਣਾ ਲਾ ਉਹਨਾਂ ਦਾ ਜੇਨ ਬਣਾ ਬਣੂ ਕੇ ਉਧਰ ਨੂੰ ਤੁਰ ਪਿਆ। ਚੱਲ ਯਾਰ ਚੱਲ ਜਲਦੀ, ਤਾਰਫ ਕਰਾ ਲਓ ਭਾਈ, ਇੱਥੇ ਹੀ ਆ ਫਿਰ। ਨਹੀਂ ਨਹੀਂ ਚੱਲ, ਇੱਕ 27 ਬੱਸ ਰੋਣੀ ਆ ਜੀ। ਭਾਜੀ ਮੈਂ ਹੈਗਾ ਚੱਕ ਕੰਮ ਨੂੰ ਜਰਾ। ਆਹੋ ਦੇਖ ਲੈਣਾ, ਇੱਧਰ ਦੇਖ ਲੈਣਾ, ਜੇ ਤੁਹਾਡਾ ਲੱਗੇ ਕਿ ਵੀ ਆਪਸ 'ਚ ਕੋਈ ਸਿੰਗਰ ਔਰ ਕਿਤੇ ਅਨਿਲਕਾ ਕਿਤੇ ਨਹੀਂ ਵੀ, ਜਿੱਦਾਂ ਹੁਣ ਲਾਹੌਰ ਚਲੀ ਗਈ ਤੇ ਨਾਲ ਚੋਂ ਤੁਹਾਡੇ ਕੋਲ ਮੇਲ ਸਿੰਗਰ ਵੀ ਹੋਵੇ। ਆਹੋ ਚਲੋ ਜੀ, ਮੇਲ ਫੀਮੇਲ ਹੋਣਾ ਚਾਹੀਦਾ ਵਾ। ਚਲੋ ਜੀ ਜੀ ਜਲਦੀ ਜ਼ਰਾ। ਉਹ ਕੋਈ ਲਾਲ ਰਜਾਈ ਹੋਵੇ, ਉਹ ਕਸਮ ਖੁਦਾ ਦੀ ਡੋਲਾ, ਇਹ ਤੇਰੇ ਬਿਨਾਂ ਕਿਤੇ ਈਦ ਵਧਾਈ ਹੋਵੇ, ਉੱਚੇ ਉੱਚੇ ਬੈਲ ਤੇਰੇ ਸੋੜੀਏ। ਭਾਜੀ ਵਜਾਉਣਾ ਕਦੋਂ ਆ? ਜਦੋਂ ਤੂੰ ਹਟ ਜਾਵੇ। ਉੱਚੇ ਉੱਚ ਮੈਲ ਤੇਰੇ ਸੋੜੀਏ, ਥੱਲੇ ਦੇ ਸਾਡੇ ਤੇਰੇ ਤੇਰੇ ਇਸ਼ਕ ਮੇਲ ਨਾਮ ਹੋ ਜਾਊ, ਚੁੱਕ ਪਵਾ ਲੈਣੀ ਹੈ। ਸਾਰਾ ਖੁੱਲਦਾ ਵਾ, ਜੇਬ ਚ ਨਹੀਂ ਸੀ। ਇਹ ਦੇਖੋ, ਠੀਕ ਹੈ ਜੀ, ਥੋੜਾ ਜਿਹਾ ਇੱਧਰ ਹੋ ਜਾਓ, ਇੰਜ ਹਾਂ, ਇੰਜ ਠੀਕ ਹੈ। ਚਲੋ ਹੈਂਡੀ ਕਰ ਲਾ ਨਹੀਂ ਤੇ। ਚਲੋ ਦੁਬਾਰਾ ਤੋਂ ਬਸ ਕਰ ਦਿਓ ਹੁਣ। ਚਲੋ ਸ਼ੁਰੂ ਤੋਂ ਰਹਿਣ ਦਿਓ। ਨਹੀਂ ਨਹੀਂ ਜਿਹੜਾ ਸ਼ੁਰੂ ਕੀਤਾ ਸੀ ਉਹ ਹੀ ਹੁਣ ਚੁੱਪ ਕਰ। ਕੀਲਾ ਗਾਉਣ ਡਿਆ ਸੀ ਤੁਸੀਂ, ਤਸਲਸਲ ਤੋੜਤਾ। ਚਲੋ ਚਲੋ ਚਲ ਬਾਜੀ, ਬਾਜੀ ਚੱਲ ਚੱਕ ਤੇ ਕੰਮ। ਉਹ ਯਾਰ ਸ਼ੁਰੂ ਕਰਦੇ ਹੋ, ਪਲੇ ਕਰੇ ਕੀ ਨਾ। ਚਲੋ ਜੀ, ਆਕਾਸ਼ ਤੇਰੇ ਇਸ਼ਕ ਮੈਨ ਲਾਮ ਹੋ ਜਾਊ, ਆਖਰੀ ਬੋਲੀ ਤੂੰ ਲਗਾਓ, ਤੇਰੇ ਨਾਮ ਹੋ ਜਾਊ, ਤੇਰੇ ਮੇਰੇ ਮੇਰੇ ਤੇਰੇ 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 ਪਿਆਰ ਕੇ ਆਇਆ ਮੌਸਮ। ਬਾਬਾ ਫਾਈਨਲ ਕੰਮ ਹੈ। ਪਹਿਲੇ ਉਹ ਹੁਣ ਹਿਸਾਬ ਲਾਵੇ ਨਾ ਵੀ ਕਿਹੜੇ ਗਾਣੇ ਤੇ ਵਜਾਉਣਾ, ਤੂੰ ਤੇ ਤਿੰਨ ਗਾਣੇ ਇੱਕੋ ਲਾਈਨ ਚ ਕਰਤੇ। ਰੀਮਿਕਸ ਆ ਜੀ। ਹਾਂਜੀ ਉਹਦੇ ਲਈ ਰੀਮਿਕਸ। ਸਹੀ ਗੱਲ, ਸਾਡੀ ਧੀ ਮਿਕਸ ਆ ਉਹਨੂੰ ਤੂੰ ਕੀ ਬੇਟਾ ਆ ਲੈ ਬੇਟੇ, ਮੈਂ ਬਿਜਲੀ ਡਿਗੜੀ ਤੇਰੇ ਤੇ। ਮੈਂ ਤੁਹਾਨੂੰ ਕਿਹਾ ਸੀ ਨਾ ਗਵਾਓ, ਬਾਰਿਸ਼ ਪੈਣ ਲੱਗ ਜਿਹੜੀ ਆ ਤੁਸੀਂ ਵੀ ਹੜਤੇ ਦੀ, ਹੁਣ ਅੰਤਰਾਸਥਾਈ ਕਵਾਂ ਕਰਾਵਾ ਫਿਰ। ਅੱਛਾ ਜਿਹੜੀ ਕਿ ਪਹਿਲੇ ਸੁਰ ਦੱਸਾਂ ਉਹਨਾਂ ਨੂੰ। ਹਾਂਜੀ ਉਹਨਾਂ ਨੂੰ ਪਹਿਲੇ ਇੱਕ ਰਿਦਮ ਦੱਸੋ ਕਿ ਵੀ ਇਹ ਰਿਦਮ ਆ। ਇਹ ਉਹ ਮਾਰਵਾ ਰੋਹੀ ਮਰੋਹੀ ਵਾਦੀ ਸੰਵਾਦੀ ਇਹਦੀ ਕੇਮਨ ਆ ਜੀ। ਸ਼ਨਾਖਤੀ ਕਾਰਡ ਦੀਆਂ ਦੋ ਕਾਪੀਆਂ, ਤਸਵੀਰਾਂ ਵੀ ਚਿੱਟੀ ਬੈਕਗ੍ਰਾਉਂਡ ਲੀਆਂ ਦੇ ਨਾਲ। ਬਾਜੀ ਢੋਲਕ ਤੋਂ ਆਟਾ ਵੀ ਦਊਗੀ। ਚਲੋ ਚਲੋ, ਇਹ ਰਾਗ ਕੇਮਨ ਤੇ ਤੋਮਲ ਕੀਵਰ ਇਹਦਾ ਜਿਹੜਾ ਜੀ ਉਹ ਵਾਦੀ ਸੰਵਾਦੀ। ਤੋਮਲ ਕੀਵਰ ਸ਼ਾਬਾਸ਼, ਆਪਣਾ ਬੈਸਟ ਪੇਸ਼ ਕਰਨਾ ਹੈ ਬੈਸਟ। ਉਹ ਤਾਂ ਮੈਂ ਕਰ ਬੈਠਾ, ਹੁਣ ਨਹੀਂ ਬਚਿਆ ਕੋਈ। ਬਾਜੀ ਆ ਜਾਵੇ, ਚਲੋ ਦੌੜਾ ਕੋਈ। ਗੱਡੀ ਸੜਕ ਤੋਂ ਪਾਸ ਹੋ ਸੀ ਤੇ ਸਾਡੇ ਆ ਚਗਿਆ ਦਾ, ਤੈਨੂੰ ਕਦੜ ਅਹਿਸਾਸ ਹੋ ਸੀ, ਆ ਜਾ ਪਿਆਰ ਦਾਸ ਖਾਵਾ ਤੈਨੂੰ ਟੰਗ ਸਜੜਾ, ਮੇਰਾ ਸ਼ਹਿਰ ਚੱਲਿਓ ਦਿਲਾ ਟੰਗ ਸਜੜਾ, ਮੇਰਾ ਸ਼ਹਿਰ ਚੱਲਿਓ ਦਿਲਾ ਟੰਗ ਸਜੜਾ, ਕੂੜੇ ਵਾਲਾ ਛੱਡ ਕੇ ਤੇ ਬੈਠਾ ਚਿਲਿਓ ਸਾਦਾ ਯੇ ਅਬਦਾ ਤੇ ਬ
ਬਲਗ ਜਿਆ ਲੋਕਾ ਬਲਗ ਜਿਆ ਲੋਕਾ ਲੱਗਦੀ ਏ ਗਲੀ ਪਤ ਰੰਗ ਸਜੜਾ ਆ ਜਾ ਪਿਆਰ ਦਾਸ ਖਾਵਾ ਸਜੜਾ ਆ ਜਾ ਪਿਆਰ ਦਾਸ ਖਾਵਾ ਤੈਨੂੰ ਰੰਗ ਸਜੜਾ ਮੇਰਾ ਸ਼ਹਿਰ ਚੱਲਿਓ ਮਾਰਵਾ ਨਾ ਛੇੜੋ ਆਪਣੀ ਆਈਟਮ ਦਿਖਾ ਕੇ ਜਲੀਲ ਹੋ ਗਿਆ। ਮੈਂ ਤੁਹਾਨੂੰ ਕਿਹਾ ਸੀ ਅੰਤਰਾ 27 ਸੁਣ ਲਓ ਭੂਰ ਪਊਗੀ। ਉਹ ਬੇਟਾ ਇਹ ਤਾਂ ਕੈਮਰਾ ਵਾਸਤੇ ਤੂੰ ਕੈਮਰੇ ਦੇ ਲੈਂਸ ਦੇ ਵਿੱਚ ਵੋਕਲ ਰਿਕਾਰਡ ਕਰਨਾ ਫਿਟੇ ਮੂੰਹ ਤੇਰਾ। ਮੈਂ ਵੀਡੀਓ ਨੂੰ ਚਲਾਈ ਆਡੀਓ ਚਲਾਈ ਆ। ਅੱਛਾ ਮਹਿਕ ਜੀ ਸਿਰਫ ਸਾਨੂੰ ਸੋਲੋ ਢੋਲਕ ਕੋਈ ਸੁਣਾ ਦਿਓ, ਐ ਦੋ ਤਿੰਨ ਚਾਰ ਸਟਾਈਲ ਕੋਈ। ਮੈਨੂੰ ਡੈਡੀਕੇਟ ਕਰ ਦਿਓ। ਚਲੋ ਕੋਈ ਗੱਲ ਨਹੀਂ, ਆਹ ਡੈਡੀ ਨੂੰ ਕੇਟ ਕਰ ਦਿਓ। ਚਲੋ ਕਰ ਦਿਓ ਕੋਈ ਨਹੀਂ। ਧਮਾਲ ਵਾਲਾ ਉਹ ਜ਼ਰਾ ਥੋੜ੍ਹਾ ਜਿਹਾ ਪਲੇ ਕਰਨਾ। ਨਾਜ਼ਰੀਨ ਆਪਣਾ ਬਹੁਤ ਖਿਆਲ ਰੱਖੋ, ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ। ਇੱਕ ਤਾਂ ਗੈਸਟ ਦੇ ਨਾਲ ਤੋਂ ਥੋੜ੍ਹਾ ਜਿਹਾ ਤਾਰਫ ਸ਼ੁਰੂ ਹੁੰਦਾ, ਜਦੋਂ ਪਤਾ ਹੋਣ ਲੱਗਦਾ ਸਾਡਾ ਟਾਈਮ ਮੁੱਕ ਜਾਂਦਾ ਪ੍ਰੋਗਰਾਮ ਦਾ। ਕਿਸੇ ਦਿਨ ਫਿਰ ਗਾਠੀ ਪਾਵਾਂਗਾ ਟ੍ਰੇਨ 'ਤੇ, ਅਗਰ ਕੋਈ ਆ ਗਿਆ ਗਾਠੀ 'ਚ ਕੋਈ ਮਿਊਜ਼ੀਸ਼ੀਅਨ ਤਾਂ ਲੈ ਆਵਾਂਗੇ। ਠੀਕ ਆ ਜੀ, ਲਓ ਜੀ ਆਪਣਾ ਬਹੁਤ ਖਿਆਲ ਰੱਖੋ, ਇਨਸ਼ਾਅੱਲਾ ਅਗਲੇ ਪ੍ਰੋਗਰਾਮ ਫਿਰ ਤੁਹਾਡਾ ਮੁਲਾਕਾਤ ਹੋਏਗੀ। ਰੱਬ ਰਾਖਾ ਜੀ। ਚਲੋ ਫਰੀਦ ਸਾਹਿਬ। ਹੋ ਲਾਲ ਮੇਰੀ ਪਤ ਰੱਖਿਓ ਬਲਾ ਜੁਲ ਲਾਲਣ ਸਿੰਧੜੀ ਦਾ ਸੇਵਣ ਦਾ ਸ਼ਾਬਾਸ਼ ਕਲੰਦਰ ਤਮਾ ਤਮਸ ਕਲੰਦਰ।